ਅਕਾਲ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ 2020 ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਹਮੇਸ਼ਾ ਹੀ ਅਰਦਾਸ ਪਰਮਾਤਮਾ ਅੱਗੇ ਕਰਦੀ ਹੁੰਦੀ ਹਾਂ ਕਿ ਹਰ ਸਾਲ ਖੁਸ਼ੀਆਂ ਭਰਿਆ ਆਵੇ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਬਿਲਕੁਲ ਨਾਲ ਦੀ ਨਾਲ ਲੋਹੜੀ ਵੀ ਨਿਕਲ ਕੇ ਗਈ ਹੈਗੀ ਆ। ਸੋ ਜਿਨ੍ਹਾਂ ਜਿਨ੍ਹਾਂ ਦੇ ਘਰ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਹੈਗੀਆਂ, ਪਰਮਾਤਮਾ ਉਹਨਾਂ ਖੁਸ਼ੀਆਂ ਨੂੰ ਬਰਕਰਾਰ ਰੱਖੇ। ਸੋ ਅੱਜ ਵੀ ਅਸੀਂ ਇੱਕ ਖੁਸ਼ੀ ਲੈ ਕੇ ਆਪਣੇ ਸਟੂਡੀਓ ਦੇ ਵਿੱਚ ਪਹੁੰਚੇ ਹੈਗੇ ਆ। ਬਸ ਛੇਤੀ ਰੂਬਰੂ ਕਰਾਉਣੇ ਹੈਗੇ ਆ। ਅੱਜ ਕਾਫਲਾ ਕਾਫੀ ਵੱਡਾ ਆ, ਜੀ ਆਇਆਂ ਨੂੰ ਦੇ ਵਿੱਚ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਅੱਜ ਚਾਰ ਗੈਸਟ ਮੇਰੇ ਨਾਲ ਆਏ ਹੋਏ ਨੇ ਜਿਨ੍ਹਾਂ ਦੇ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਉਣੇ ਹੈਗੇ ਆ। ਸੋ ਆਓ ਪਹਿਲਾਂ ਇਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਈਏ, ਫਿਰ ਗੱਲਾਂ ਬਾਤਾਂ ਅੱਗੇ ਕਰਦੇ ਹੈਗੇ ਆ। ਤੁਹਾਡਾ ਆਪਣਾ ਸ਼ੋਅ ਆ, ਹਮੇਸ਼ਾ ਦੀ ਤਰ੍ਹਾਂ ਤੁਸੀਂ ਜੀ ਆਇਆਂ ਨੂੰ ਬਹੁਤ ਹੀ ਪਿਆਰ ਦਿੱਤਾ ਹੈ ਤੇ ਮੈਂ ਅੱਗੇ ਵੀ ਇਸੇ ਤਰ੍ਹਾਂ ਉਮੀਦ ਰੱਖਾਂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਮੇਰਾ ਸਾਥ ਇਸੇ ਤਰ੍ਹਾਂ ਹੀ ਨਿਭਾਓਗੇ। ਸੋ ਆਓ ਚੱਲਦੇ ਹੈਗੇ ਆ, ਪਹਿਲਾਂ ਇੰਟਰੋਡਿਊਸ ਕਰਾਉਂਦੇ ਆ ਆਪਾਂ ਸਾਡੇ ਪਹਿਲੇ ਗੈਸਟ ਨੂੰ ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣ ਚੁੱਕੇ ਹੋ। ਫਿਊ ਟਾਈਮਸ ਉਹ ਮੇਰੇ ਸ਼ੋਅ ਦੇ ਵਿੱਚ ਵੀ ਆ ਚੁੱਕੇ ਨੇ, ਬਹੁਤ ਵਧੀਆ ਸਿੰਗਰ ਨੇ, ਬਹੁਤ ਵਧੀਆ ਗਾਉਂਦੇ ਨੇ। ਸੋ ਮੇਰੀ ਮੁਰਾਦ ਹੈਗੀ ਆ ਬੈਲੀ ਸੰਧੂ ਜੀ। ਸਾਰਿਆਂ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਅਕਾਲ ਚੈਨਲ ਦੇ ਜਿੰਨੇ ਵੀ ਸਰੋਤੇ ਆ ਸਾਰੇ ਦੇਖ ਰਹੇ, ਸਾਰਿਆਂ ਨੂੰ ਬਹੁਤ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਅਕਾਲ ਚੈਨਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਸਾਨੂੰ ਇੱਥੇ ਟਾਈਮ ਦਿੱਤਾ। ਅੱਜ ਅਸੀਂ ਇੱਥੇ ਆਏ ਹਾਂ ਆਪਣੇ ਸਾਡੇ ਵੱਡੇ ਭਾਅ ਜੀ ਪਰਗਨ ਭੰਡਾਲ ਜੀ, ਉਹਨਾਂ ਦਾ ਸੌਂਗ ਸੀਗਾ ਇੱਕ ਹੋਇਆ, ਹੁਣੇ ਹੁਣੇ ਰਿਲੀਜ਼ ਹੋਇਆ ਚੁੰਨੀ, ਤਾਂ ਉਹ ਅਸੀਂ ਆਪਣੀ ਮੇਰੀ ਆਪਣੀ ਕੰਪਨੀ ਤੋਂ ਰਿਲੀਜ਼ ਕੀਤਾ ਹੈ ਟੀ ਐਂਡ ਜੇ ਰੈਕਡ ਤੋਂ, ਤਾਂ ਇਸ ਕਰਕੇ ਅਸੀਂ ਅੱਜ ਆਏ ਹਾਂ। ਬਾਕੀ ਫਿਰ ਕਰਦੇ ਗੱਲਾਂ ਬਾਤਾਂ। ਬਿਲਕੁਲ ਜੀ, ਬਿਲਕੁਲ ਜੀ। ਅਗਲੇ ਸਾਡੇ ਮਹਿਮਾਨ ਜਿਹੜੇ ਨੇ ਹੈਗੇ ਨੇ ਜਿੰਦਰ ਭੰਡਾਲ। ਕਹਿੰਦੇ ਹੁੰਦੇ ਆ ਕਿ ਗਾਉਣ ਵਾਲੇ ਨੇ ਆਪਣਾ ਕੰਮ ਕਰ ਦੇਣਾ ਹੈਗਾ ਤੇ ਮਿਊਜ਼ੀਸ਼ੀਅਨ ਨੇ ਆਪਣਾ ਕੰਮ ਕਰ ਦੇਣਾ। ਜਦੋਂ ਤੱਕ ਰਾਈਟਰ ਨਾ ਹੋਵੇ, ਜਦੋਂ ਤੱਕ ਉਹ ਲੇਖ ਨਾ ਲਿਖਿਆ ਹੋਵੇ, ਉਦੋਂ ਤੱਕ ਉਹ ਗੱਲ ਨਹੀਂ ਬਣਦੀ ਹੈਗੀ। ਕਹਿੰਦੇ ਜੇ ਰਾਈਟਰ ਹੀ ਵਧੀਆ ਨਾ ਹੋਵੇ ਤਾਂ ਗਾਉਣ ਵਾਲਾ ਕੀ ਕਰ ਸਕਦਾ ਤੇ ਮਿਊਜ਼ਿਕ ਵਾਲਾ ਕੀ ਕਰ ਸਕਦਾ ਹੈਗਾ। ਸੋ ਮੇਰੀ ਮੁਰਾਦ ਹੈਗੀ ਹੈ ਜਿੰਦਰ ਭੰਡਾਲ ਜੀ ਜਿਨ੍ਹਾਂ ਨੇ ਇਸ ਗੀਤ ਨੂੰ ਲਿਖਿਆ ਹੈਗਾ, ਬਹੁਤ ਹੀ ਵਧੀਆ ਰਾਈਟਰ ਨੇ। ਸੋ ਇਹਨਾਂ ਦੇ ਨਾਲ ਰੂਬਰੂ ਕਰਾਉਂਦੇ ਹਾਂ। ਹਾਂਜੀ ਮੋਹਨਜੀਤ ਜੀ, ਸਭ ਤੋਂ ਪਹਿਲਾਂ ਦਾਸ ਵੱਲੋਂ ਵੀ ਬਾਹਰ ਆਪਣੇ ਰੱਬ ਵਰਗੇ ਜਿਹੜੇ ਇਸ ਵੇਲੇ ਦਰਸ਼ਕ ਦੇਖ ਰਹੇ ਆ ਅਕਾਲ ਚੈਨਲ ਨੂੰ, ਉਹਨਾਂ ਨੂੰ ਅਸੀਂ ਬਹੁਤ ਹੀ ਜੀ ਆਇਆਂ ਕਹਿੰਦੇ ਔਰ ਬਹੁਤ ਥੈਂਕ ਯੂ ਕਰਦੇ ਉਹਨਾਂ ਦਾ, ਔਰ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅਕਾਲ ਚੈਨਲ ਦੀ ਸਾਰੀ ਟੀਮ ਦੇ ਤੁਹਾਡੇ ਬੜੇ ਤਹਿ ਦਿਲੋਂ ਮਸ਼ਕੂਰ ਹਾਂ ਕਿ ਸਾਨੂੰ ਸੱਦ ਕੇ ਅੱਜ ਮਾਣ ਦੇ ਰਹੇ ਹਾਂ। ਇਹ ਚੁੰਨੀ ਗੀਤ ਲਿਖਿਆ ਦਾਸ ਨੇ, ਉਹਦੇ ਬਾਰੇ ਅੱਗੇ ਚੱਲ ਕੇ ਮੈਂ ਦੱਸੂੰਗਾ ਕਿ ਕਿਸ ਤਰ੍ਹਾਂ ਆਈਡੀਆ ਆਇਆ ਮੇਰੇ ਦਿਮਾਗ ਦੇ ਵਿੱਚ। ਹਾਂਜੀ ਬਿਲਕੁਲ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਆ ਕਿ ਜੇ ਲੇਖ ਵਧੀਆ ਨਾ ਹੋਵੇ, ਹੈ ਨਾ, ਜੇ ਸ਼ੀਰਸ਼ਕ ਵਧੀਆ ਨਾ ਹੋਵੇ, ਲੇਖ ਵਧੀਆ ਨਾ ਹੋਵੇ, ਤੇ ਉਸਨੂੰ ਅੱਗੇ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ। ਬਟ ਕਿਵੇਂ ਹੁੰਦੇ ਆ ਕਿ ਜਦੋਂ ਤੱਕ ਗੱਡੀ ਦੇ ਪਹੀਏ ਬਰਾਬਰ ਨਾ ਹੋਣ, ਹੈ ਨਾ, ਉਦੋਂ ਤੱਕ ਗੱਡੀ ਚੰਗੀ ਤਰ੍ਹਾਂ ਚੱਲਦੀ ਨਹੀਂ ਗੀ। ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ ਜੇ ਰਾਈਟਰ ਨੇ ਲੇਖ ਵਧੀਆ ਲਿਖ ਦਿੱਤਾ ਹੈਗਾ ਬਟ ਗਾਉਣ ਵਾਲੇ ਕੋਲ ਸੁਰ ਹੈ ਨਹੀਂ ਗਾ, ਤੇ ਫਿਰ ਉਹ ਵੀ ਨਹੀਂ ਗੱਲ ਬਣਦੀ। ਸੋ ਕਹਿੰਦੇ ਇੱਕ ਟੀਮ ਪੂਰੀ ਹੋਵੇ, ਇੱਕ ਮੁੱਠੀ ਬੰਦ ਹੋਵੇ ਤੇ ਤਾਕਤ ਆਪਣੇ ਦੇ ਵਿੱਚ ਵੱਧ ਹੀ ਆ ਜਾਂਦੀ। ਸੋ ਮੇਰੇ ਕਹਿਣ ਦਾ ਮਤਲਬ ਕਿ ਪਰਗਨ ਪੰਡਾਲ ਜੀ ਜਿਨ੍ਹਾਂ ਨੇ ਇਸ ਗੀਤ ਨੂੰ ਸੁਰ ਦਿੱਤੇ ਨੇ, ਸੋ ਆਓ ਇਹਨਾਂ ਦੇ ਨਾਲ ਰੂਬਰੂ ਕਰਾਉਂਦੇ ਹਾਂ। ਮੋਹਨਜੀਤ ਜੀ, ਸਭ ਤੋਂ ਪਹਿਲਾਂ ਚੰਗੇ ਲੇਖ ਨਸੀਬ ਜ ਹੋਵਣ। ਵਾਹ ਵਾਹ। ਚੰਗੇ ਲੇਖ ਨਸੀਬ ਜ ਹੋਵਣ, ਮਿਲਦੇ ਸੱਜਣ ਪਿਆਰੇ, ਬਿਨਾਂ ਮਲਾਹ ਦੇ ਬੇੜੀ ਸੱਜਣਾ ਲੱਗਦੀ ਨਹੀਂ ਕਿਨਾਰੇ। ਆਖਣ ਸੱਚ ਸਿਆਣੇ, ਲੱਕੜੀ ਲੋਹੇ ਨੂੰ ਵੀ ਤਾਰੇ, ਕਰਮਾਂ ਦੇ ਨਾਲ ਸੱਜਣ ਮਿਲਦੇ, ਸੱਜਣ ਹੋਣ ਨਾ ਸਾਰੇ। ਸਤਿਗੁਰ ਦਾ ਲੜ ਫੜਿਆ ਹੋਵੇ, ਮੁਰਸ਼ਦ ਦਾ ਲੜ ਫੜਿਆ ਹੋਵੇ, ਬੰਦਾ ਲੱਗਦਾ ਪਾਰ ਕਿਨਾਰੇ, ਤੇ ਚੰਗਿਆਂ ਦੇ ਲੜ ਲੱਗ ਜਾ ਤੈਨੂੰ ਪਿਆਰ ਕਰਨਗੇ ਸਾਰੇ। ਚੰਗਿਆਂ ਦੇ ਲੜ ਲੱਗ ਜਾ ਤੈਨੂੰ ਪਿਆਰ ਕਰਨਗੇ ਸਾਰੇ। ਅਕਾਲ ਚਲਨ ਦੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਪਰਗਨ ਭੰਡਾਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਗਾਉਂਦੇ ਨੇ, ਬਹੁਤ ਹੀ ਵਧੀਆ ਗੀਤ ਇਹਨਾਂ ਨੇ ਗਾਇਆ ਹੈਗਾ ਜਿਸ ਦੇ ਬਾਰੇ 'ਚ ਆਪਾਂ ਗੱਲਬਾਤ ਕਰਦੇ ਹੈਗੇ ਆ। ਜਿੱਦਾਂ ਮੈਂ ਗੱਲ ਕਰਿਆ ਕਿ ਲਿਖਾਰੀ ਨੇ ਆਪਣਾ ਲੇਖ ਲਿਖ ਦਿੱਤਾ, ਗਾਉਣ ਵਾਲੇ ਨੇ ਗਾ ਦੇਣਾ, ਪਰ ਜਦੋਂ ਤੱਕ ਉਹਦੇ ਤੇ ਤਾਲ ਨਹੀਂ ਲੱਗਦੀ ਹੈਗੀ, ਹੈ ਨਾ, ਉਹ ਗੱਲ ਨਹੀਂ ਬਣਦੀ ਹੈਗੀ। ਸੋ ਸਾਡੇ ਅਗਲੇ ਜਿਹੜੇ ਮਹਿਮਾਨ ਨੇ ਸਰਬਜੀਤ ਸਹੋਤਾ ਢੋਲਕੀ ਵਜਾਉਂਦੇ ਨੇ, ਸੋ ਇਹਨਾਂ ਦੇ ਸਾਜ਼ਾਂ ਬਗੈਰ ਮੈਂ ਕਹਿੰਦੀ ਗੀਤ ਹੀ ਅਧੂਰਾ ਹੋ ਜਾਂਦਾ ਆ। ਹਾਂਜੀ ਵਜਾ ਦੋ ਤਾਲ, ਇੰਟਰੋਡਕਸ਼ਨ ਦੋ ਜੀ। ਥੈਂਕ ਯੂ ਜੀ, ਤੇ ਥੋੜੀ ਜਿਹੀ ਆਪਣੀ ਇੰਟਰੋਡਕਸ਼ਨ ਤੁਸੀਂ ਆਪਣੇ ਬਾਰੇ ਚ ਦੱਸ ਦੋ, ਕਦੋਂ ਕਦੇ ਤੁਸੀਂ ਢੋਲਕੀ ਵਜਾ ਰਹੇ, ਕਿਸ ਤਰ੍ਹਾਂ ਤੁਹਾਡਾ ਇਹਨਾਂ ਦੇ ਨਾਲ ਸਾਥ ਹੋਇਆ? ਮੈਂ ਜੀ ਸ਼ੌਕ ਮੈਨੂੰ ਬਚਪਨ ਤੋਂ ਹੀ ਵਜਾਉਣ ਦਾ ਜੀ, ਪਰ ਇੱਥੇ ਆ ਕੇ ਮੈਨੂੰ 5-6 ਮਹੀਨੇ ਹੋ ਗਏ ਮਿਲਿਆ ਨੂੰ, ਤੇ ਫਿਰ ਅਸੀਂ ਇਕੱਠੇ ਜਿੱਦਾਂ
ਬੈਠ ਕੇ ਆਪਣਾ ਰਿਆਜ਼ ਕਰੀ ਦੀ ਮਨ ਕੇ ਸਾਰੇ ਪ੍ਰੋਗਰਾਮ ਜਦੋਂ ਵੀ ਹੁੰਦੇ ਸਾਰੇ ਇਕੱਠੇ ਹੁੰਦੇ ਭਾਜੀ ਵੀ ਨਾਲ ਹੀ ਹੁੰਦੇ ਇਕੱਠੇ ਕਰੀ ਢੋਲਕੀ ਦੇ ਹੀ ਵਜਾਉਂਦੇ ਆ ਠੀਕ ਹੈ ਜੀ ਸੋ ਬਿਲਕੁਲ ਹੁਣ ਚੱਲੇ ਹੈਗੇ ਆਪਾਂ ਇੱਕ ਬਹੁਤ ਖਾਸ ਮਹਿਮਾਨ ਸਾਡੇ ਛੋਟੇ ਮਹਿਮਾਨ ਹੈਗੇ ਆ ਮੈਂ ਹਮੇਸ਼ਾ ਹੀ ਚਾਹੁੰਦੀ ਹੁੰਦੀ ਆ ਕਿ ਪ੍ਰੋਗਰਾਮ ਦੇ ਵਿੱਚ ਪਹਿਲੀ ਗੱਲ ਤਾਂ ਮੈਨੂੰ ਇਸ ਬੱਚੇ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਕਿਉਂਕਿ ਪੰਜਾਬੀ ਦਾ ਪ੍ਰੋਗਰਾਮ ਹੈਗਾ ਤੇ ਬੱਚੇ ਜ਼ਿਆਦਾਤਰ ਹਿਚਕਚਾਉਂਦੇ ਨੇ ਬਟ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈਗਾ ਸੋ ਬੈਲੀ ਜੀ ਦੇ ਸਪੁੱਤਰ ਨੇ ਇਹਨਾਂ ਦਾ ਨਾਮ ਜਸ਼ਨ ਸੰਧੂ ਪਹਿਲਾਂ ਤਾਂ ਨਾਮ ਹੀ ਬਹੁਤ ਵਧੀਆ ਹੈਗਾ ਜਿਸ ਦੇ ਨਾਲ ਜਸ਼ਨ ਲੱਗ ਗਿਆ ਤੇ ਉਹ ਤੇ ਕਹਿੰਦੇ ਹੁੰਦੇ ਚੁੱਪ ਰਹਿ ਨਹੀਂ ਸਕਦਾ ਨਾ ਇਹ ਸਾਡੇ ਨਾਲ ਹੈਗਾ ਜਸ਼ਨ ਸੰਧੂ ਸੋ ਜਸ਼ਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੇ ਆਇਆਂ ਨੂੰ ਕਹਿੰਦੀ ਹਾਂ ਬਟ ਸਭ ਤੋਂ ਪਹਿਲਾਂ ਤੇ ਮੈਂ ਬਹੁਤ ਖੁਸ਼ ਨਸੀਬ ਆ ਕਿ ਅੱਜ ਮੇਰੇ ਪ੍ਰੋਗਰਾਮ ਦੇ ਵਿੱਚ ਇੱਕ ਛੋਟਾ ਬੱਚਾ ਵੀ ਆਇਆ ਹੈਗਾ ਸੋ ਇਸ ਤੋਂ ਪਤਾ ਲੱਗਦਾ ਕਿ ਪ੍ਰੋਗਰਾਮ ਚ ਕਿੰਨਾ ਕੁ ਇੰਟਰਸਟ ਦੇ ਰਿਹਾ ਹੋਣਾ ਇਹ ਬੱਚਾ ਸੋ ਵੈਲਕਮ ਆ ਤੁਹਾਡਾ ਜੇ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਮੈਨੂੰ ਪ੍ਰੋਮਿਸ ਕੀਤਾ ਸੀਗਾ ਇਸ ਨੇ ਕਿ ਸ਼ੋਅ ਦੇ ਵਿੱਚ ਪੰਜਾਬੀ ਹੀ ਬੋਲਣੀ ਆ ਵਾਹ ਵਾਹ ਕੀ ਬਾਤ ਹੈ ਸਰ ਜਸ਼ਨ ਦੱਸੋ ਮੈਨੂੰ ਤੁਸੀਂ ਕਿਹੜੇ ਸਟੈਂਡਰਡ ਦੇ ਵਿੱਚ ਹੈਗੇ ਕਿਹੜੀ ਗ੍ਰੇਡ ਦੇ ਵਿੱਚ ਹੈਗੇ ਆ ਮੈਂ ਇਹ 8th ਚ ਹੁਣ ਮਿਊਜ਼ੀਸ਼ੀਅਨ ਕਰਤਾ ਓ ਵਾਓ ਦੈਟਸ ਰੀਲੀ ਗੁੱਡ ਸੋ ਇਹ ਡੈਡ ਨੂੰ ਦੇਖ ਕੇ ਤੁਹਾਡੇ ਵਿੱਚ ਇਹ ਆਇਆ ਕਿ ਤੁਸੀਂ ਮਿਊਜ਼ਿਕ ਜਿਹੜਾ ਹੈਗਾ ਸਿੱਖਣਾ ਚਾਹੁੰਦੇ ਹੋ ਹਾਂਜੀ ਦੈਟਸ ਗੁੱਡ ਕਹਿੰਦੇ ਹੁੰਦੇ ਕਿ ਇਨਸਪੀਰੇਸ਼ਨ ਇਨਫਲੂਐਂਸ ਜਿਹੜੀ ਹੈਗੀ ਆ ਬਹੁਤ ਵੱਡੀ ਗੱਲ ਹੈਗੀ ਆ ਸੋ ਜਿਹੜੇ ਬੱਚੇ ਜੇ ਆਪਣੇ ਵੱਡਿਆਂ ਦੇ ਇਨਫਲੂਐਂਸ ਦੇ ਵਿੱਚ ਆ ਕੇ ਉਸ ਨੂੰ ਫੋਲੋ ਕਰਨ ਉਹਨਾਂ ਨੂੰ ਸਕਸੈਸ ਜ਼ਰੂਰ ਮਿਲਦੀ ਹੈਗੀ ਆ ਸੋ ਇਹ ਤਾਂ ਅੱਜ ਇੰਟਰੋਡਕਸ਼ਨ ਸੀ ਮੇਰੀ ਛੋਟੀ ਜੀ ਟੀਮ ਬਹੁਤ ਛੋਟੀ ਜੀ ਟੀਮ ਅੱਜ ਮੇਰੇ ਨਾਲ ਆਈ ਹੋਈ ਆ ਪ੍ਰੋਗਰਾਮ ਦੇ ਵਿੱਚ ਬਟ ਬਹੁਤ ਵਧੀਆ ਲੱਗਿਆ ਕਿ ਤੁਸੀਂ ਮਾਣ ਬਖਸ਼ਿਆ ਹੈਗਾ ਜੀ ਆਇਆਂ ਨੂੰ ਦੇ ਵਿੱਚ ਤੁਸੀਂ ਅੱਜ ਸਾਰੇ ਆਏ ਹੈਗੇ ਆ ਤੇ ਬਹੁਤ ਖੁਸ਼ੀ ਦੀ ਗੱਲ ਹੈਗੀ ਬਹੁਤ ਮਾਣ ਵਾਲੀ ਗੱਲ ਹੈਗੀ ਆ ਕਿ ਜਿਹੜਾ ਤੁਸੀਂ ਗੀਤ ਕੱਢਿਆ ਹੈਗਾ ਉਹਦੀ ਪ੍ਰਮੋਸ਼ਨ ਲਈ ਤੁਸੀਂ ਅੱਜ ਇਸ ਪ੍ਰੋਗਰਾਮ ਨੂੰ ਇਸ ਜੋਗਾ ਸਮਝਿਆ ਕਿ ਤੁਸੀਂ ਇੱਥੇ ਆ ਕੇ ਗੱਲਬਾਤ ਕਰ ਸਕਦੇ ਹੈਗੇ ਆ ਆਪਣੇ ਵਿਊਜ਼ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਤੁਸੀਂ ਸ਼ੇਅਰ ਕਰ ਸਕਦੇ ਹੈਗੇ ਆ ਸੋ ਬਿਲਕੁਲ ਮੈਂ ਆਪਣੇ ਸਰੋਤਿਆਂ ਨੂੰ ਆਪਣੇ ਵਿਊਜ਼ ਨੂੰ ਵੀ ਇਹੀ ਦੱਸਣਾ ਚਾਹੁੰਦੀ ਹੈਗੀ ਆ ਕਿ ਇਹ ਪ੍ਰੋਗਰਾਮ ਤੁਹਾਡਾ ਆਪਣਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਜਿਹਾਂ ਨੂੰ ਨਾਮ ਐਸੀ ਕਰਕੇ ਰੱਖਿਆ ਕਿ ਕੋਈ ਵੀ ਇਸ ਪ੍ਰੋਗਰਾਮ ਦੇ ਵਿੱਚ ਆ ਸਕਦਾ ਹੈਗਾ ਇਸ ਪ੍ਰੋਗਰਾਮ ਨੂੰ ਚਾਰ ਚੰਦ ਤੁਹਾਡੇ ਤੋਂ ਬਗੈਰ ਲੱਗ ਨਹੀਂ ਸਕਦੇ ਹੈਗੇ ਇਹ ਤੁਹਾਡਾ ਆਪਣਾ ਪ੍ਰੋਗਰਾਮ ਲਾਈਵ ਪ੍ਰੋਗਰਾਮ ਹੈਗਾ ਟੀਮ ਦੇ ਬਾਰੇ ਦੇ ਵਿੱਚ ਜਿਹੜੀ ਵੀ ਇਹ ਟੀਮ ਇਕੱਠੀ ਹੋਈ ਹੈ ਇੱਕ ਟੀਮ ਹੈਗੀ ਹੈ ਜਿਨ੍ਹਾਂ ਨੇ ਬਹੁਤ ਹੀ ਪਿਆਰਾ ਗੀਤ ਰਿਲੀਜ਼ ਕੀਤਾ ਹੋਇਆ ਥੋੜਾ ਜਿਹਾ ਆਪਾਂ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਫਿਰ ਗੀਤ ਬਾਰੇ ਗੱਲਬਾਤ ਕਰਾਂਗੇ ਜਿੱਦਾਂ ਬੈਲੀ ਸੰਧੂ ਜੀ ਨੇ ਦੱਸਿਆ ਗੀਤ ਦਾ ਨਾਮ ਹੈ ਚੁੰਨੀ ਸੋ ਚੁੰਨੀ ਦੇ ਬਾਰੇ ਚ ਤੁਸੀਂ ਕੀ ਲਿਖ ਸਕਦੇ ਹੈਗੇ ਕੀ ਕਰ ਸਕਦੇ ਹੈਗੇ ਕਿਸ ਤਰ੍ਹਾਂ ਆਈਡੀਆ ਆਇਆ ਇਸ ਦੇ ਬਾਰੇ ਚ ਆਪਾਂ ਗੱਲਾਂ ਬਾਤਾਂ ਕਰਦੇ ਹੈਗੇ ਸੋ ਥੋੜੀ ਜੀ ਆਪਾਂ ਬੈਕਗ੍ਰਾਉਂਡ ਇਸ ਗੀਤ ਦੇ ਲੈਣੇ ਹੈਗੇ ਆ ਪਹਿਲਾਂ ਤਾਂ ਆਪਾਂ ਗੱਲ ਕਰਦੇ ਹੈਗੇ ਆ ਜਿੰਦਰ ਭੰਡਾਲ ਜੀ ਜਿਹੜੇ ਕਿ ਰਾਈਟਰ ਨੇ ਕਿਉਂਕਿ ਇਹ ਪਤਾ ਨਹੀਂ ਰਾਈਟਰ ਦੇ ਹੁਣ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਹੋਊਗਾ ਮੈਂ ਇਹਨਾਂ ਤੋਂ ਪੁੱਛਦੇ ਹੈਗੇ ਹਾਂਜੀ ਮੋਹਨਜੀਤ ਜੀ ਵੈਸੇ ਸਿਆਣੇ ਕਹਿੰਦੇ ਕਿ ਗੱਲਾਂ ਚੋਂ ਗੱਲ ਤੁਰਦੀ ਆ ਜੀ ਤੇ ਜਾਂ ਫਿਰ ਦੇਖ ਕੇ ਗੱਲ ਤੁਰਦੀ ਆ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਅੱਜ ਤੋਂ 30-40 ਸਾਲ ਪਿੱਛੇ ਚਲੇ ਜਾਈਏ ਤੇ ਛੋਟੇ ਹੁੰਦੇ ਪਿੰਡਾਂ 'ਚ ਨਾਨਕਾ ਮੇਲ ਆਉਣਾ ਉਹ ਦੇਖਣੇ ਮਤਲਬ ਹਾਂਜੀ ਅਤੇ ਫਿਰ ਪਿੱਛੇ ਜੇ 5-7 ਸਾਲ ਤੋਂ ਮੈਂ ਲਗਾਤਾਰ ਇੰਡੀਆ ਜਾ ਰਿਹਾ ਔਰ ਉੱਥੇ ਵਿਆਹ 'ਤੇ ਜਾਣ ਦਾ ਮੌਕਾ ਅਕਸਰ ਮਿਲਦਾ ਰਹਿੰਦਾ ਅਤੇ ਉੱਥੇ ਫਿਰ ਚੁੰਨੀ ਦੀ ਰਸਮ 'ਤੇ ਵੀ ਮੈਨੂੰ 2-3 ਵਾਰੀ ਜਾਣ ਦਾ ਮੌਕਾ ਮਿਲਿਆ ਅਤੇ ਉੱਥੋਂ ਫਿਰ ਮੈਂ ਦੇਖ ਕੇ ਉਹ ਸੀਨ ਜਿਹੜਾ ਸੀਗਾ ਜਦੋਂ ਚੁੰਨੀ ਲੈ ਕੇ ਆਏ ਮਤਲਬ ਲੜਕੇ ਵਾਲੇ ਅਤੇ ਚੁੰਨੀ ਚੜਾ ਰਹੇ ਆ ਬੱਚੀ ਨੂੰ ਉਹ ਸੀਨ ਦੇਖਿਆ ਅਤੇ ਮੈਂ ਫਿਰ ਸੋਚਿਆ ਵੀ ਇਹਨੂੰ ਕਲਮਬੰਦ ਕੀਤਾ ਜਾਵੇ ਉੱਥੋਂ ਫਿਰ ਖਿਆਲ ਆਇਆ ਕਿ ਚੁੰਨੀ ਦੀ ਰਿਸਪੈਕਟ ਜਿਹੜੀ ਉਹ ਕਿਸ ਤਰ੍ਹਾਂ ਹੋਰ ਵੱਧ ਸਕਦੀ ਹੈ ਕਿੰਨਾ ਟਾਈਮ ਹੋ ਗਿਆ ਪਰਗਟ ਜੀ ਤੁਹਾਨੂੰ ਇਹ ਲਿਖਾਰੀ ਬਣਿਆ ਨੂੰ ਮੈਨੂੰ ਜੀ ਆਪਣੇ ਮੈਂ ਮਤਲਬ ਵੈਸੇ ਕਾਲਜ ਟਾਈਮ ਤੇ ਸੀਗਾ ਜਦੋਂ ਉਹਦਾ ਲਿਖਣ ਦਾ ਮੈਨੂੰ ਸ਼ੌਂਕ ਪਿਆ ਹੋਇਆ ਹਾਂਜੀ ਤੇ ਆਪਣੇ ਤੇ ਗਾਉਣ ਦਾ ਵੀ ਸਾਨੂੰ ਬਚਪਨ ਤੋਂ ਹੀ ਹੈਗਾ ਵਾ ਹਾਂਜੀ ਤੇ ਸਕੂਲਾਂ ਕਾਲਜਾਂ ਵਿੱਚ ਵੀ ਗਾਉਂਦੇ ਰਹੇ ਹਾਂ ਇੱਥੇ ਵੀ 1982 ਤੋਂ ਪਹਿਲਾਂ ਮੇਰਾ ਪਰਵਾਨਾ ਗਰੁੱਪ ਹੁੰਦਾ ਸੀ 10 ਦਾ ਅਤੇ ਬਾਅਦ 'ਚ ਦੇਸੀ ਬੋਇਜ਼ ਹੁਣ ਅਸੀਂ ਇਹ ਜਿਹੜਾ ਗਰੁੱਪ ਚੱਲ ਰਿਹਾ ਅਤੇ ਉਹਦੇ ਤੋਂ ਅੱਗੇ ਹੁਣ ਮਤਲਬ ਆਪਣੇ ਰਿਕਾਰਡਿੰਗਾਂ ਜਿਹੜੀਆਂ ਚੱਲ ਰਹੀਆਂ ਹਾਂਜੀ ਸਰ ਜੀ ਬਿਲਕੁਲ ਇਹਨਾਂ ਦੇ ਗਰੁੱਪ ਦਾ ਨਾਮ ਹੈਗਾ ਜੀ ਦੇਸੀ ਬੋਇਜ਼ ਨਾਮ ਬੜਾ ਸੋਚ ਕੇ ਰੱਖਿਆ ਦੇਸੀ ਬੰਦੇ ਆ ਸੀ ਜੀ ਸਿੰਪਲ ਜਿਹਾ ਤੇ ਦੇਸੀ ਬੋਇਜ਼ ਇਸੇ ਕਰਕੇ ਫਿਰ ਨਾਂ ਰੱਖਿਆ ਹਾਂਜੀ ਬਿਲਕੁਲ ਬਿਲਕੁਲ ਕਹਿੰਦੇ ਹੁੰਦੇ ਜਿੱਥੇ ਦੇਸੀ ਗੱਲ ਨਾ ਹੋਵੇ ਉੱਥੇ ਗੱਲ ਬਣਦੀ ਨਹੀਂ ਉੱਥੇ ਪਤਾ ਹੀ ਨਹੀਂ ਲੱਗਦਾ ਕਿ ਇਹ ਆਪਣੇ ਹੀ ਆ ਤੇ ਬਹੁਤ ਨਾਮ ਬਹੁਤ ਉਹਦੇ ਸੋ ਦੇਸੀ ਬੋਇਜ਼ ਗਰੁੱਪ ਦਾ ਬਹੁਤ ਬਹੁਤ ਸਵਾਗਤ ਕਰਦੇ ਹੈਗੇ ਆ ਤੁਸੀਂ ਵੀ ਜੇ ਗੱਲਬਾਤ ਕਰਨਾ ਚਾਹੋ ਦੇਸੀ ਗਰੁੱਪ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੇ ਜ਼ਰੂਰ ਤੁਸੀਂ ਲਾਈਵ ਸ਼ੋਅ ਦੇ ਵਿੱਚ ਆ ਕੇ ਆਪਣੀ ਗੱਲਬਾਤ ਤੁਸੀਂ ਰੱਖ ਸਕਦੇ ਹੈਗੇ ਆ ਸੋ ਰਾਈਟਿੰਗ ਦੀ ਗੱਲ ਹੁੰਦੀ ਸੀ ਕਿ ਤੁਸੀਂ ਕਿੰਨੇ ਕੁ ਗੀਤ ਹੁਣ ਤੱਕ ਲਿਖ ਚੁੱਕੇ ਹੋ ਮੈਂ ਤਕਰੀਬਨ ਮਤਲਬ ਕਾਪੀ ਦੇ ਵਿੱਚ ਤੇ ਮੇਰਾ ਖਿਆਲ 100-150 ਗੀਤ ਪਿਆ ਅਜੇ ਹੋਰ ਤੇ ਵੈਸੇ ਰਿਕਾਰਡ ਤਕਰੀਬਨ 50 ਕੁ ਗੀਤ ਮੇਰੇ ਹੁਣ ਤੱਕ ਰਿਕਾਰਡ ਹੋ ਚੁੱਕੇ ਆ ਹੋਰ ਵੀ ਆਰਟਿਸਟਾਂ ਨੇ ਗਾਏ ਆ ਸੁਖਸ਼ਿੰਦਰ ਸ਼ਿੰਦਾ ਜੀ ਨੇ ਗੀਤ ਗਾਏ ਮੇਰੇ ਇੱਕ ਦੋ ਨਾਨਕਾ ਮੇੜ ਮੇਰਾ ਇੱਕ
ਉਹਨਾਂ ਦੀ ਆਵਾਜ਼ ਵਿੱਚ ਆਇਆ ਸੀ ਆਈ ਕਲਗੀਆਂ ਵਾਲਿਆ ਤੋਂ ਆਈ ਬਾਜਾਂ ਵਾਲਿਆ, ਰਹਿਮਤਾਂ ਦਾ ਮੀਂਹ ਬਰਸਾਈ ਬਾਜਾਂ ਵਾਲਿਆ। ਤੇ ਇੱਕ ਨਾਨਕਾ ਮੇੜਾ ਸਿੰਘ ਆਇਆ ਸੀ ਮੈਂ ਤੇ ਪਰਗਣ ਨੇ, ਤੇਰੀ ਅਸਾਂ ਓਟ ਤਕਾਈ ਬਾਬਾ ਨਾਨਕਾ, ਮੇਰਾ ਦਾ ਤੂੰ ਮੀਂਹ ਬਰਸਾਈ ਬਾਬਾ ਨਾਨਕਾ। ਉਹ ਵੀ ਨਾਨਕਾ ਮੇੜ ਬੜਾ ਮਕਬੂਲ ਹੋਇਆ ਸਾਡੇ ਦੋਨੋਂ। ਹਾਂਜੀ ਠੀਕ ਹੈ ਜੀ। ਸੋ ਬਾਲੀ ਜੀ ਤੁਸੀਂ ਵੀ ਏਸੀ ਟੀਮ ਦੇ ਵਿੱਚ, ਦੇਸੀ ਬੋਇਜ਼ ਦੇ ਵਿੱਚ ਤੁਹਾਡਾ ਵੀ ਗਰੁੱਪ ਹੈਗਾ ਜਾਂ? ਹਾਂਜੀ ਹਾਂਜੀ, ਐਕਚੁਅਲੀ ਤੇ ਇੱਕ ਵੱਡੀ ਗੱਲ ਹੋ ਰਿਹਾ ਕਿ ਅਸੀਂ ਰਹਿੰਦੇ ਵੀ ਇਕੱਠੇ ਇੱਕੋ ਰੋਡ ਤੇ ਰਹਿੰਦੇ ਅਸੀਂ। ਲਓ ਜੀ ਭਾਜੀ ਦੇ ਘਰ ਚਲ ਜਾਓ, ਦੂਜੇ ਪਾਸੇ ਉਹਨਾਂ ਦੇ ਘਰੇ ਚਲ ਜਾਓ। ਹਾਂਜੀ ਤੇ ਬਾਕੀ ਐਕਚੁਅਲੀ ਮੈਂ ਇਹ ਤਾਂ ਇਹਨਾਂ ਦਾ ਤਾਂ ਪਤਾ ਹੀ ਸੀ, ਬਹੁਤ ਚਿਰਾਂ ਦੇ ਗਾਉਂਦੇ ਸੀਗੇ। ਹਾਂਜੀ ਤੇ ਮੈਨੂੰ ਵੀ 8-10 ਸਾਲ ਤੋਂ ਮੈਨੂੰ ਵੀ ਸ਼ੌਂਕ ਸੀਗਾ। ਮੈਂ ਵੀ ਤੁਸੀਂ ਵੀ ਇਹਨਾਂ ਦਾ ਲਿਖਿਆ ਕੋਈ ਗੀਤ ਗਾਇਆ? ਨਹੀਂ ਹੱਲੇ ਨਹੀਂ, ਹੁਣ ਕਰ ਰਹੇ ਹਾਂ, ਸਾਡਾ ਹੋ ਰਿਹਾ ਰਿਕਾਰਡ ਹੋ ਰਿਹਾ, ਸੋਚ ਰਹੇ ਹਾਂ ਉਹ ਛੇਤੀ ਅਸੀਂ ਕਰਾਂਗੇ। ਰਾਈਟ, ਹਾਂਜੀ ਉਹ ਵੀ ਬਹੁਤ ਵਧੀਆ ਚੁੰਨੀ ਵਰਗਾ ਹੀ ਸੌਂਗ ਹੈ, ਜਿੱਦਾਂ ਹੁੰਦੇ ਆ ਸਾਰੇ ਰਿਐਲਿਟੀ ਹੈ ਨਾ, ਉਹ ਚੀਜ਼ਾਂ ਨੇ ਲੋਕ ਤੱਤ ਜਾਂ ਲੋਕ ਤੱਤ ਹੈ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਵੀ ਲੈ ਕੇ ਛੇਤੀ ਆ ਰਹੇ। ਬਾਕੀ ਹੁਣ ਇਹਨਾਂ ਦੇ ਨਾਲ ਹੀ ਆ, ਹੁਣ ਅੱਗੇ ਸਾਰੇ ਇਕੱਠੀ ਕਰਾਂਗੇ, ਬਸ ਹੁਣ ਟੀਮ ਬਣ ਗਈ ਸਾਡੀ ਹੁਣ, ਮਤਲਬ ਹਾਂਜੀ। ਨਹੀਂ ਚਲੋ ਬਹੁਤ ਵਧੀਆ ਬਹੁਤ ਵਧੀਆ। ਸੋ ਪਰਗਣ ਪੰਡਾਲ ਜੀ ਤੁਸੀਂ ਇਸ ਗੀਤ ਨੂੰ ਗਾਇਆ, ਇਹ ਗੀਤ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਿਆ? ਉਦੋਂ ਤਾਂ ਥੋੜੀ ਗੱਲ ਕੀਤੀ ਕਿ ਤੁਸੀਂ ਇਕੱਠੇ ਹੀ ਉਸ ਰੋਡ ਤੇ ਰਹਿੰਦੇ ਹੈਗੇ ਆ, ਬਟ ਫਿਰ ਵੀ ਕੋਈ ਨਾ ਕੋਈ ਸਬੱਬ ਆਉਂਦਾ ਹੈਗਾ ਕਿ ਇਹ ਗੀਤ ਜਿਹੜਾ ਤੁਹਾਡੇ ਤੱਕ ਪਹੁੰਚਿਆ ਹੈਗਾ। ਜੀ ਮੋਹਨਜੀਤ ਜੀ, ਇਹ ਗੀਤ ਮੇਰੇ ਬ੍ਰਦਰ ਨੂੰ ਲੈ ਕੇ ਦਿੱਤਾ ਸੀ ਅੱਜ ਤੋਂ ਕੋਈ 2-3 ਸਾਲ ਪਹਿਲਾਂ ਜੀ। ਤੇ ਮੈਂ ਸਟੇਜਾਂ ਤੇ ਗਾਉਂਦਾ ਰਿਹਾ, ਮੈਂ ਰੱਜ ਕੇ ਦੇਸੀ ਡੀਜੇ ਵੀ ਆਪਣਾ ਕਰਦਾ। ਓਕੇ, ਮੈਂ ਕਈ ਪ੍ਰੋਗਰਾਮ ਤੇ ਗਾਇਆ ਤੇ ਮੈਂ ਲੇਟੈਸਟ ਇੱਕ ਲੰਡਨ ਪ੍ਰੋਗਰਾਮ ਕੀਤਾ, ਇੱਕ ਮੈਂ ਕਮੈਂਟਰੀ ਕੀਤਾ, ਉੱਥੇ ਜਦੋਂ ਮੈਂ ਗੀਤ ਗਾਇਆ ਚੁੰਨੀ ਦੀ ਰਸਮ ਤੇ ਪਿੱਛੋਂ 10-15 ਬ੍ਰਦਰ ਉੱਠ ਕੇ ਆ ਗਏ ਮੇਰੇ ਕੋਲ, ਸ਼ਾਬਾਸ਼ ਦਿੱਤੀ ਤੇ ਨਾਲੇ ਉਹਨਾਂ ਮੈਨੂੰ ਇਨਾਮ ਦਿੱਤਾ। ਤੇ ਖੁਸ਼ੀ ਵਿੱਚ ਮੈਂ ਭਾਵਕ ਹੁੰਦੀਆਂ ਸਿਸਟਰਾਂ ਦੇਖੀਆਂ, ਖੁਸ਼ੀ ਵਿੱਚ ਭਾਵਕ। ਫਿਰ ਮੇਰੇ ਦਿਮਾਗ 'ਚ ਕਲਿੱਕ ਹੋਇਆ ਵੀ ਇਹ ਗਾਣਾ ਲੋਕੀ ਬਹੁਤ ਪਸੰਦ ਕਰਦੇ, ਵੀ ਇਹਨੂੰ ਕਿਉਂ ਨਾ ਇਹਨੂੰ ਜਾਣੀ ਵੀਡੀਓ ਕੀਤੀ ਜਾਵੇ ਤੇ ਰਿਕਾਰਡ ਕੀਤਾ ਜਾਵੇ। ਫਿਰ ਮੈਂ ਪ੍ਰੋਪਰ ਉੱਥੇ ਇੰਡੀਆ ਗਿਆ ਤੇ ਰਿਕਾਰਡਿੰਗ ਕੀਤੀ, ਭਾਜੀ ਦਲਜੀਤ ਸਿੰਘ ਅੰਮ੍ਰਿਤਸਰ ਤੋਂ ਉਹਨਾਂ ਨੇ ਸੰਗੀਤ ਕੀਤਾ ਤੇ ਨਾਲ ਫਿਰ ਵੀਡੀਓ ਸ਼ੂਟ ਕੀਤੀ ਭਾਜੀ ਜੰਡਲ ਹੁਣ ਸਾਹਿਬ ਨੇ, ਤੇ ਹੁਣ ਤੁਹਾਡੀ ਕਚਹਿਰੀ ਵਿੱਚ ਅੱਜ ਮੈਂ ਪੇਸ਼ ਕਰਤੀ ਹੈ। ਬਹੁਤ ਵਧੀਆ, ਕਿਉਂਕਿ ਕਿਸੇ ਵੀ ਗੀਤ ਦੇ ਨਾਲ ਕਿਸੇ ਵੀ ਪ੍ਰੋਗਰਾਮ ਦੇ ਨਾਲ ਜਿੱਥੇ ਰਿਸ਼ਤੇ ਜੁੜੇ ਹੁੰਦੇ ਹਨ, ਇਮੋਸ਼ਨਸ ਉੱਥੇ ਜ਼ਰੂਰ ਜੁੜ ਜਾਂਦੇ ਨੇ ਤੇ ਉਹ ਗੀਤ ਹਮੇਸ਼ਾ ਹੀ ਕਾਮਯਾਬ ਹੁੰਦਾ ਹੈਗਾ। ਸੋ ਐਸੇ ਕਰਕੇ ਹਮੇਸ਼ਾ ਮੈਂ ਇਹੀ ਰਿਕੁਐਸਟ ਕਰਦੀ ਹੁੰਦੀ ਹਾਂ ਕਿ ਸਾਰੇ ਰਾਈਟਰਸ ਸਾਰੇ ਸਿੰਗਰਸ ਇਹੋ ਜਿਹੇ ਗੀਤ ਗਾਓ ਜਿਹੜੇ ਕਿ ਮੈਂ ਕਹਿੰਦੀ ਹਾਂ ਕਿ ਸਿਰਫ ਆਪਣੀ ਜ਼ਿੰਦਗੀ ਦੇ ਨਾਲ ਹੀ ਨਾ ਰਹਿਣ, ਜ਼ਿੰਦਗੀ ਤੋਂ ਬਾਅਦ ਵੀ ਉਹ ਹਮੇਸ਼ਾ ਹੀ ਅਮਰ ਰਹਿਣ। ਕਿਉਂਕਿ ਤੁਸੀਂ ਦੇਖੇ ਬਹੁਤ ਵਧੀਆ ਗਾਇਕ ਜਿਹੜੇ ਬਹੁਤ ਗੀਤਾਂ ਦਾ ਭੰਡਾਰ ਛੱਡ ਕੇ ਗਏ ਨੇ ਆਪਣੀ ਆਵਾਜ਼ ਦੇ ਵਿੱਚ, ਭਾਵੇਂ ਉਹ ਅੱਜ ਸਾਡੇ ਵਿੱਚ ਸ਼ਾਮਿਲ ਨਹੀਂ ਨੇ, ਬਟ ਉਹਨਾਂ ਦੀ ਆਵਾਜ਼ ਦੇ ਨਾਲ ਉਹ ਗੀਤ ਹਮੇਸ਼ਾ ਹੀ ਸਾਡੇ ਵਿੱਚ ਸ਼ਾਮਿਲ ਰਹਿਣਗੇ। ਸੋ ਇਹੋ ਜਿਹਾ ਗੀਤ, ਇੱਕ ਚੁੰਨੀ ਗੀਤ ਜਿਹੜਾ ਹੈਗਾ, ਇਹੋ ਜਿਹਾ ਗੀਤ ਹੋਵੇਗਾ ਜਿਹੜਾ ਕਿ ਹਮੇਸ਼ਾ ਹੀ ਪਰਿਵਾਰਾਂ ਦੇ ਵਿੱਚ ਵੱਜੇਗਾ, ਹਮੇਸ਼ਾ ਹੀ ਪ੍ਰੋਗਰਾਮਾਂ ਦੇ ਵਿੱਚ ਵੱਜੇਗਾ, ਚਾਹੇ ਉਹ ਜਿੱਥੇ ਮਰਜ਼ੀ ਹੋਣ ਉਹ ਜ਼ਰੂਰ ਵੱਜੇਗਾ। ਸੋ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਆਏ ਹੈਗੇ ਤੇ ਬਹੁਤ ਵਧੀਆ ਮੈਨੂੰ ਲੱਗੀ ਤੁਹਾਡੀ ਸੋਚ ਵੀ ਜਿਹੜਾ ਤੁਸੀਂ ਗੀਤ ਲੈ ਕੇ ਆਏ ਹੈਗੇ ਆ, ਬਹੁਤ ਵਧੀਆ। ਕਿਉਂਕਿ ਇਹੋ ਜਿਹੇ ਜਦੋਂ ਇਹੋ ਜਿਹੇ ਗਾਣੇ ਰਿਸ਼ਤਿਆਂ ਦੇ ਨਾਲ ਆਪਣੇ ਇਮੋਸ਼ਨ ਦੇ ਨਾਲ ਜੁੜ ਜਾਂਦੇ ਨੇ, ਵਾਕਈ ਹੀ ਉਹਦੇ ਵਿੱਚੋਂ ਕਾਫੀ ਕੁਛ ਕਈ ਵਾਰੀ ਉਹ ਦਿਮਾਗ 'ਚ ਵੀ ਨਹੀਂ ਸੋਚਿਆ ਹੁੰਦਾ ਹਨਾ, ਜੋ ਗਾਣਿਆਂ ਦੇ ਥਰੂ ਤੁਹਾਡੇ ਦਿਮਾਗ ਦੇ ਵਿੱਚ ਚੱਲ ਜਾਂਦਾ ਹੈਗਾ। ਸੋ ਇੱਕ ਚੁੰਨੀ ਦੀ ਰਸਮ ਤੇ ਤੁਸੀਂ ਇੱਕ ਚੁੰਨੀ ਦੀ ਰਸਮ ਹੁੰਦੀ ਦੇਖ ਕੇ ਉਹਦੇ ਤੇ ਜਿਹੜੀਆਂ ਲਾਈਨਾਂ ਲਿਖ ਦਿੱਤੀਆਂ, ਤੇ ਇਹ ਜਨਰੇਸ਼ਨ ਲਈ ਬਹੁਤ ਵਧੀਆ, ਕਿਉਂਕਿ ਨੌਲੇਜ ਹੋਣਾ ਬਹੁਤ ਜ਼ਰੂਰੀ ਆ। ਕਈ ਵਾਰੀ ਇਸ ਦਾ ਪਤਾ ਹੀ ਨਹੀਂ ਹੁੰਦਾ ਕਿ ਇਹ ਚੀਜ਼ ਕੀ ਆ। ਸੋ ਮੈਂ ਚਾਹਾਂਗੀ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਗਾਉਣਾ ਜਦੋਂ ਸ਼ੁਰੂ ਕੀਤਾ ਸੀਗਾ, ਸਭ ਤੋਂ ਪਹਿਲਾਂ ਗੀਤ ਤੁਸੀਂ ਆਪਣਾ ਹੀ ਲਿਖਿਆ ਗਾਇਆ? ਨਹੀਂ ਮੋਹਨਜੀਤ ਜੀ, ਮੈਂ ਸਕੂਲ ਲੈਵਲ ਤੇ ਜਦੋਂ ਮੈਂ ਆਪਣੇ ਮਤਲਬ ਗਾਉਂਦਾ ਹੁੰਦਾ ਸੀਗਾ ਤੇ ਟੀਚਰਾਂ ਨੇ ਮਤਲਬ ਅਧਿਆਪਕਾਂ ਨੇ ਬਹੁਤ ਹੌਸਲਾ ਬਜਾਈ ਕਰਨੀ ਮੇਰੀ, ਤੇ ਮੈਂ ਇੱਕ ਦੇਸ਼ ਪਿਆਰ ਦਾ ਗੀਤ ਗਾਉਂਦਾ ਹੁੰਦਾ ਸੀਗਾ, ਉਹਦੀਆਂ 2 ਲਾਈਨਾਂ ਮੈਂ ਸੁਣਾਉਣਾ ਤੁਹਾਨੂੰ। ਭਾਈ ਦੇਸ਼ ਮੇਰੇ ਦੇ ਵੀਰ ਜਵਾਨੋ ਰਲਦੇ ਹਮਲਾ ਮਾਰੋ, ਦੇਸ਼ ਮੇਰੇ ਦੇ ਵੀਰ ਜਵਾਨੋ ਰਲਦੇ ਹਮਲਾ ਮਾਰੋ, ਅੱਡਾ ਤੇ ਦੁਸ਼ਮਣ ਲਲਕਾਰੇ ਉਸਦੇ ਉਰਤ ਸਵਾਰੋ, ਉਹ ਗੋਰਾ ਨਾ ਪ੍ਰਤਾਪ ਦੇਵਾ ਤੇ ਨਲੂਏ ਦੇ ਸਰਦਾਰੋ, ਰਾਣਾ ਪ੍ਰਤਾਪ ਸ਼ਿਵਾ ਤੇ ਨਲਵੇ ਗਏ ਸਰਦਾਰੋ, ਤਲਵੈਰੀ ਦੇ ਵੱਡਣ ਦੇ ਰੂਪ ਕਾਲ ਦਾ ਤਾਰੋ, ਖੇਰ ਪੰਜਾਬ ਦਿਓ ਊਧਮ ਸਿੰਘ ਦੋ ਯਾਰੋ, ਖੇਰ ਪੰਜਾਬ ਦਿਓ ਊਧਮ ਸਿੰਘ ਦੋ ਯਾਰੋ, ਖੇਰ ਪੰਜਾਬ ਦਿਓ। ਇਸ ਤਰ੍ਹਾਂ ਦੇਸ਼ ਪਿਆਰ ਦਾ ਗੀਤ ਸੁਣ ਕੇ ਮੈਨੂੰ ਸਾਡੇ ਜਿੰਨੇ ਵੀ ਟੀਚਰ ਹੁੰਦੇ ਸੀ ਉਹਨਾਂ ਨੇ ਬਹੁਤ
ਮਤਲਬ ਥਾਪੜਾ ਦੇਣਾ ਮੈਨੂੰ ਹਾਂਜੀ ਤੇ ਉੱਥੋਂ ਫਿਰ ਹੌਸਲੇ ਬੁਲੰਦ ਹੋ ਗਏ ਮਤਲਬ ਆਪਣੇ ਪੰਜਵੀਂ ਛੇਵੀਂ ਤੋਂ ਹੀ ਤੇ ਫਿਰ ਕਾਲਜ ਟਾਈਮ ਤੇ ਵੀ ਗਾਉਂਦੇ ਰਹੇ ਹਾਂਜੀ ਬਹੁਤ ਵਧੀਆ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਜਿੰਨੇ ਸਾਡੇ ਵਿਊਰਸ ਹੈਗੇ ਆ ਮੈਂ ਉਹਨਾਂ ਨੂੰ ਵੀ ਇਹੀ ਕਹਿੰਦੀ ਹੁੰਦੀ ਹਾਂ ਜੇ ਕਿਤੇ ਮੈਂ ਸਟੇਜ ਤੇ ਹੋਸਟ ਕਰਦੀ ਹੁੰਦੀ ਹਾਂ ਤਾਂ ਵੀ ਮੈਂ ਪਬਲਿਕ ਨੂੰ ਇਹੀ ਕਹਿੰਦੀ ਹੁੰਦੀ ਹਾਂ ਕਿ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਦੀ ਬਹੁਤ ਜ਼ਰੂਰਤ ਹੁੰਦੀ ਆ ਭਾਵੇਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਹੋਵੋ ਹੁਣ ਬਿਜ਼ਨਸਮੈਨ ਆ ਜਦੋਂ ਤੱਕ ਉਹਨੂੰ ਕੋਈ ਆ ਕੇ ਇਹ ਨਹੀਂ ਕਹੇਗਾ ਤੇਰਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਤੂੰ ਵਧੀਆ ਕੰਮ ਕਰ ਰਿਹਾ ਹੈਗਾ ਉਦੋਂ ਤੱਕ ਉਹਨੂੰ ਹੌਸਲਾ ਉਹਦਾ ਬਿਲਟਅਪ ਨਹੀਂ ਹੋਣਾ ਹੈਗਾ ਕਿ ਅੱਗੇ ਕੁਛ ਆਪਣੇ ਆਪ 'ਚ ਇੰਪਰੂਵਮੈਂਟ ਕਰ ਸਕੇ ਸੋ ਜਦੋਂ ਕੋਈ ਤੁਹਾਨੂੰ ਆ ਕੇ ਕਹਿ ਦਿੰਦਾ ਕਿ ਤੁਸੀਂ ਕੰਮ ਵਧੀਆ ਕਰ ਰਹੇ ਹੈਗੇ ਆ ਉਹਦੀ ਰਿਸਪੋਨਸਿਬਿਲਿਟੀ ਬਣ ਜਾਂਦੀ ਹੈਗੀ ਆ ਕਿ ਉਹਨੂੰ ਹੋਰ ਵਧੀਆ ਤੋਂ ਵਧੀਆ ਕੀਤਾ ਜਾਵੇ ਤੇ ਬਹੁਤ ਵਧੀਆ ਲੱਗਿਆ ਤੁਸੀਂ ਇਹ ਜਿਹੜਾ ਗੀਤ ਹੁਣੇ ਗਾਇਆ ਹੈਗਾ ਇੱਕ ਗੱਲ ਮੈਂ ਹੋਰ ਦੱਸਾਂ ਮੋਹਨਜੀਤ ਜੀ ਅਸੀਂ ਮੈਂ ਤੇ ਪਰਗਣ ਹਾਂਜੀ ਬਚਪਨ ਤੋਂ ਹੀ ਅਸੀਂ ਪੇਂਡੂ ਵੀ ਆ ਘਰਾਂ ਦੇ ਵਿੱਚੋਂ ਅਸੀਂ ਮਤਲਬ ਤਾਏ ਚਾਚੇ ਦੇ ਪੁੱਤ ਵੀ ਆ ਹਾਂਜੀ ਤੇ ਇਹ ਮੈਨੂੰ ਲੱਗਦਾ ਸੀ ਮੈਂ ਆਪ ਹੀ ਸੋਚਦੀ ਸੀ ਕਿ ਸ਼ਕਲ ਥੋੜੀ ਥੋੜੀ ਮਿਲਦੀ ਆ ਭੰਡਾਲ ਤਾਂ ਹੀ ਮਤਲਬ ਜਿਹੜਾ ਹੈਗਾ ਵਾ ਅਸੀਂ ਮਤਲਬ ਇੱਕ ਪੱਤੀ ਦੇ ਵਿੱਚ ਅਸੀਂ ਜਨਮ ਲਿਆ ਉੱਥੇ ਅਸੀਂ ਹੱਸੇ ਖੇਡੇ ਹਾਂਜੀ ਗਲੀਆਂ ਦੇ ਵਿੱਚ ਤੇ ਸਕੂਲ ਦੇ ਲੈਵਲ ਤੇ ਵੀ ਅਸੀਂ ਇਕੱਠੇ ਰਹੇ ਕਾਲਜ ਵਿੱਚ ਵੀ ਇਕੱਠੇ ਰਹੇ ਤੇ ਇੱਥੇ ਵੀ ਹੁਣ ਅਸੀਂ ਤਕਰੀਬਨ ਮਤਲਬ ਆਪਣੇ 1989 ਤੋਂ ਇਹ ਪਹਿਲਾਂ ਜਰਮਨ ਆ ਗਿਆ ਮੈਂ ਇੰਗਲੈਂਡ ਆ ਗਿਆ ਇਹ 78 ਚ ਆਇਆ ਮੈਂ 80 ਚ ਆਇਆ ਤੇ ਅਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਔਰ ਬਚਪਨ ਤੋਂ ਹੀ ਸਾਡਾ ਮਤਲਬ ਜਿਹੜਾ ਉਸ ਮਾਲਕ ਨੇ ਇਸ ਤਰ੍ਹਾਂ ਪਿਆਰ ਬਣਾਇਆ ਹੋਇਆ ਇਹ ਥੋੜਾ ਜਿਹਾ ਸੰਗਾਊ ਜਿਹਾ ਹੁੰਦਾ ਸੀ ਜਦੋਂ ਛੋਟਾ ਹੁੰਦਾ ਸੀ ਨਾ ਇਹਨੂੰ ਫਿਰ ਤੋਰਿਆ ਥੋੜਾ ਜਿਹਾ ਸੰਗ ਲਾਈ ਇਹਦੀ ਹੌਲੀ ਹੌਲੀ ਹਾਂਜੀ ਤੇ ਪਰ ਅਰਦਾਸ ਤੇ ਬੜੀ ਕਿਰਪਾ ਰਹੀ ਮਾਲਕ ਦੀ ਗੁਰੂ ਘਰਾਂ ਵਿੱਚ ਵੀ ਬੜੇ ਪ੍ਰੋਗਰਾਮ ਕੀਤੇ ਧਾਰਮਿਕ ਪ੍ਰੋਗਰਾਮ ਹਾਂਜੀ ਇੱਕ ਮੇਰਾ ਧਾਰਮਿਕ ਗੀਤ ਸੁਖਸ਼ਿੰਦਰ ਸ਼ਿੰਦਾ ਜੀ ਨੇ ਗਾਇਆ ਹੋਇਆ ਹਾਂਜੀ ਆਪਣੇ ਤੂੰ ਗੱਲ ਸੁਣ ਮਾਤਾ ਮੇਰੀ ਕਿਹੜੀ ਗੱਲ ਤੋਂ ਢਾਵੇਂ ਢੇਰੀ ਨੀ ਮੈਂ ਤੇਰਾ ਪੁੱਤ ਜਵਾਨ ਜੇ ਪਾਲੀ ਉੱਤੋਂ ਦੀ ਕਿਰਪਾਨ ਹੁਣ ਫਿਰ ਕਿਹੜੀ ਗੱਲ ਦਾ ਡਰ ਨੀ ਉਹਨੂੰ ਆਂਚ ਨਾ ਆਵੇ ਨੀ ਜਿਹਦਾ ਗੁਰੂ ਹੈ ਕਲ ਕੀਤਾ ਜੇ ਕੋਈ ਦੋ ਬੋਲ ਸੁਣਾ ਦਿੰਦਾ ਮੈਂ ਅਕਾਲ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਅਕਾਲ ਚੈਨਲ ਨੂੰ ਚਲਾਉਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਇਸ ਲਈ ਤੁਸੀਂ ਡਾਇਰੈਕਟ ਡੈਬਿਟ ਜ਼ਰੂਰ ਕਰਵਾਓ ਜੀ ਅਤੇ ਇਹ ਕਰਨਾ ਬਹੁਤ ਸੌਖਾ ਹੈ ਤੇ ਇਹ ਦੋ ਤਰ੍ਹਾਂ ਨਾਲ ਕਰਵਾ ਸਕਦੇ ਹੋ ਪਹਿਲਾ ਅਕਾਲ ਚੈਨਲ ਤੇ ਫੋਨ ਕਰਕੇ ਜਿਸ ਦਾ ਨੰਬਰ ਹੈ 0121551100 ਤੁਸੀਂ ਬਾਏ ਪੋਸਟ ਵੀ ਕਰਵਾ ਸਕਦੇ ਹੋ ਇਸ ਫਾਰਮ ਨੂੰ ਭਰਨ ਦਾ ਤਰੀਕਾ ਬਹੁਤ ਸੌਖਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਭਰੋ ਫਿਰ ਅਕਾਊਂਟ ਨੰਬਰ ਅਤੇ ਇਸ ਤੋਂ ਬਾਅਦ ਸੋਟ ਕੋਡ ਫਿਰ ਫਾਰਮ ਦੇ ਦੂਜੇ ਪਾਸੇ ਜਾ ਕੇ ਆਪਣਾ ਨਾਮ ਭਰੋ ਪੋਸਟ ਕੋਡ ਅਤੇ ਨਾਲ ਆਪਣਾ ਪੂਰਾ ਐਡਰੈਸ ਤੇ ਨਾਲ ਹੀ ਆਪਣਾ ਫੋਨ ਨੰਬਰ ਜ਼ਰੂਰ ਭਰੋ ਇਸ ਤੋਂ ਬਾਅਦ ਤੁਸੀਂ ਮਹੀਨੇ ਬਾਅਦ ਕਿੰਨੀ ਸੇਵਾ ਪਾਉਣੀ ਹੈ ਉਹ ਲਿਖੋ ਫਿਰ ਡਾਇਰੈਕਟ ਡੈਬਿਟ ਤੁਸੀਂ ਮਹੀਨੇ ਦੀ ਪਹਿਲੀ ਤਾਰੀਖ ਜਾਂ 15 ਨੂੰ ਕਰਵਾਉਣਾ ਚਾਹੁੰਦੇ ਹੋ ਉਹ ਲਿਖੋ ਆਖਰ ਦੇ ਵਿੱਚ ਆਪਣੇ ਸਾਈਨ ਅਤੇ ਡੇਟ ਪਾ ਕੇ ਉੱਪਰ ਦਿੱਤੇ ਪਤੇ ਤੇ ਭੇਜ ਸਕਦੇ ਹੋ ਸੋ ਆਪ ਜੀ ਅਕਾਲ ਚੈਨਲ ਦੀ ਮਦਦ ਜ਼ਰੂਰ ਕਰੋ ਡਾਇਰੈਕਟ ਡੈਬਿਟ ਜ਼ਰੂਰ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਅਕਾਲ ਚੈਨਲ ਨੂੰ ਚਲਾਉਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ ਇਸ ਲਈ ਤੁਸੀਂ ਡਾਇਰੈਕਟ ਡੈਬਿਟ ਜ਼ਰੂਰ ਕਰਵਾਓ ਜੀ ਅਤੇ ਇਹ ਕਰਨਾ ਬਹੁਤ ਸੌਖਾ ਹੈ ਤੇ ਇਹ ਦੋ ਤਰ੍ਹਾਂ ਨਾਲ ਕਰਵਾ ਸਕਦੇ ਹੋ ਪਹਿਲਾ ਅਕਾਲ ਚੈਨਲ ਤੇ ਫੋਨ ਕਰਕੇ ਜਿਸ ਦਾ ਨੰਬਰ ਹੈ 0121551100 ਤੁਸੀਂ ਬਾਏ ਪੋਸਟ ਵੀ ਕਰਵਾ ਸਕਦੇ ਹੋ ਇਹਦੀ ਕਰੀ ਸੰਭਾਲ ਨੀ ਪੈਣੇ ਕਹਿੰਦਾ ਜਿੰਦਰ ਭੰਡਾਲ ਨੀ ਪੈਣੇ ਸੰਗ ਤੇ ਸ਼ਰਮ ਜਾ ਤੇਰੇ ਗਹਿਣੇ ਪਰਗਣ ਪਿਆ ਫਰਮਾਵੇ ਇਹ ਦੋ ਗਜ ਦੋ ਕੱਪੜਾ ਨਹੀਂ ਕੱਪੜਾ ਨਹੀਂ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਉਨੀ ਗਜ ਦੋ ਕੱਪੜਾ ਨਹੀਂ ਕੱਪੜਾ ਨਹੀਂ ਇੱਜ਼ਤ ਬਣਾਵੇ ਸਾਸ ਵੀ ਅਕਾਲ
ਬਿਲਕੁਲ ਜੀ, ਛੋਟੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਸਾਡੇ ਗੈਸਟ ਪਹੁੰਚੇ ਨੇ, ਪੰਜ ਗੈਸਟ ਨੇ, ਜਿਹੜੇ ਕਿ ਇਹਨਾਂ ਦਾ ਨਵਾਂ ਗੀਤ ਚੁੰਨੀ ਬਹੁਤ ਹੀ ਪਿਆਰਾ ਗੀਤ ਆਇਆ ਹੈਗਾ, ਉਹਦੇ ਬਾਰੇ 'ਚ ਆਪਾਂ ਗੱਲਬਾਤ ਕਰ ਰਹੇ ਹੈਗੇ ਹਾਂ। ਪਰ ਪਹਿਲਾਂ ਸਾਡੇ ਨਾਲ ਮੈਨੂੰ ਲੱਗਦਾ ਕਾਲਰ ਜੁੜ ਚੁੱਕੇ ਨੇ, ਪਹਿਲਾਂ ਕਾਲ ਲੈਂਦੇ ਹੈਗੇ ਹਾਂ, ਸੋ ਦੇਖਦੇ ਹਾਂ ਸਾਡੇ ਨਾਲ ਕੌਣ ਜੁੜੇ ਹੋਏ ਨੇ ਇਸ ਵੇਲੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ, ਮੋਹਨਜੀਤ ਜੀ, ਜਸਵਿੰਦਰ ਬੋਲਦੀ ਹਾਂ। ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਕੀ ਹਾਲ ਚਾਲ ਜੀ? ਕੁੜੀਆਂ ਭੈਣਾਂ ਪੰਜਾਬਣੋਂ ਤੋਂ ਵੱਧ, ਮਤਲਬ ਵੱਧ ਤੋਂ ਵੱਧ ਖੂਬਸੂਰਤ ਲੱਗਦੀ ਆ, ਚੁੰਨੀ ਤੋਂ ਨੀ ਸੋਹਣੀ ਲੱਗਦੀ ਸੂਟ ਪਾ ਕੇ ਕਦੀ ਹੋਵੇ ਤਾਂ। ਇਹਨੇ ਮੈਂ ਆਪਣੇ ਵੀਰਾਂ ਨੂੰ ਕਹਿੰਦੀ ਆ, ਇਹੋ ਜਿਹੇ ਗਾਣੇ ਲੈ ਕੇ ਆਓ, ਆਪਣਾ ਵਿਰਸਾ ਮੋੜ ਕੇ ਲਿਆਓ ਵੀਰੋ ਮੇਰਿਓ। ਜੋ ਕੁਛ ਅੱਜ ਕੱਲ ਹੋ ਰਿਹਾ ਅਸੀਂ ਦੇਖਦੇ ਹਾਂ, ਉਹ ਸੋਹਣਾ ਨੀ ਹੈਗਾ, ਉਹ ਚੰਗਾ ਨੀ ਲੱਗਦਾ। ਧੀਆਂ ਭੈਣਾਂ ਇੱਕ ਪਰਦੇ ਚ ਚੰਗੀਆਂ ਲੱਗਦੀਆਂ ਸੀ ਜਿੱਦਾਂ, ਹਨਾ। ਤੇ ਇਸ ਕਰਕੇ ਆਪਣਾ ਵਿਰਸੇ ਨੂੰ ਤੁਸੀਂ ਹੋਰ ਵਧੀਆ ਵਧੀਆ ਗਾਣੇ ਲੈ ਕੇ ਆਵੋ, ਤੁਹਾਡਾ ਲੱਖ ਲੱਖ ਸ਼ੁਕਰ ਗੁਜ਼ਾਰ ਕਰਦੀ ਹਾਂ। ਤੇ ਜੀਂਦੇ ਵਾਸਤੇ ਰਹੋ ਵੀਰੇ ਮੇਰੇ, ਏਦਾਂ ਦੀਆਂ ਗਾਣੇ ਲੈ ਕੇ ਆਵੋ ਸੋਹਣੇ, ਹਨਾ। ਥੈਂਕ ਯੂ ਜੀ ਮੋਹਨ ਜੀ ਜੀ, ਇਹੀ ਗੱਲਾਂ ਕਹਿਣਾ ਚਾਹੁੰਦੀ ਹਾਂ ਤੇ ਅਸੀਂ ਤੁਹਾਨੂੰ ਤਿਆਰ ਰਹਾਂਗੇ ਇਹਨੇ ਨਾਈਸ ਨਾਈਸ ਗਾਣੇ, ਹਨਾ। ਥੈਂਕ ਯੂ ਜੀ, ਬਹੁਤ ਵਧੀਆ ਗਾ, ਕਿਉਂਕਿ ਕਲਮ ਨੇ ਮੋੜ ਕੇ ਵਿਰਸੇ ਨੂੰ ਲਿਆ ਸਕਦੀ ਆ, ਵੀਰ ਜਿਹੜੇ ਲਿਖਦੇ ਆ, ਲਿਖਦੇ ਵੀ ਬਹੁਤ ਵਧੀਆ, ਕਲਮ ਮੋੜ ਕੇ ਲਿਆ ਸਕਦੀ ਆ, ਤੇ ਗਾਉਣ ਆਵਾਜ਼ ਆਪਣੀ ਵੀ ਇਸ ਧਰਤੀ ਤੇ ਵਾਪਸ ਸੋਚੀ ਜਾਂ ਆਪਣੀ ਮੋੜ ਕੇ। ਸਹੀ ਗੱਲ ਹੈ, ਹਾਂਜੀ ਬਿਲਕੁਲ। ਥੈਂਕ ਯੂ ਬਹੁਤ ਸਾਰਾ, ਤੇ ਬਹੁਤ ਵਧੀਆ ਹੈਗਾ, ਬਹੁਤ ਸ਼ੁਕਰ ਗੁਜ਼ਾਰ ਹੈ ਇਹਨਾਂ ਨੂੰ ਮੈਂ ਕਹਿਣਾ ਚਾਹੁੰਦੀ ਹਾਂ। ਕਿਹੜੀ ਗੱਲ ਪਠਾਵੇਂ ਤੇਰੀ, ਇੱਕ ਗੱਲ ਸੁਣ ਮਾਤਾ ਮੇਰੀ, ਕਿਹੜੀ ਗੱਲ ਪਠਾਵੇਂ ਤੇਰੀ, ਇੱਕ ਗੱਲ ਸੁਣ ਮਾਤਾ ਮੇਰੀ, ਕਿਹੜੀ ਗੱਲ ਪਠਾਵੇਂ ਤੇਰੀ। ਨੀ ਮੈਂ ਤੇਰਾ ਪੁੱਤ ਜਮਾਨ ਜਰਮਾਲੀ, ਤੂੰ ਨੀ ਕਿਰਪਾਨ, ਹੁਣ ਫਿਰ ਕਿਹੜੀ ਗੱਲ ਦਾ ਕਰਨੀ, ਤੂੰ ਆ ਕੇ ਨਾ ਆਵੇ ਨੀ, ਤੂੰ ਆ ਕੇ ਨਾ ਆਵੇ ਨੀ, ਨਜੀਦਾ ਗੁਰੂ ਹੈ ਚੱਲ ਜੀ ਧਰਨੀ, ਤੂੰ ਆ ਕੇ ਨਾ ਆਵੇ ਨੀ, ਮਾਤਾ ਜੀ ਦਾ ਗੁਰੂ ਹੈ ਚੱਲ ਜੀ ਧਰਨੀ। ਵਧੀਆ ਗੀਤ, ਬਹੁਤ ਹੀ ਬਿਲਕੁਲ, ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ, ਮੇਰਾ ਉਸ ਵਾਹਿਗੁਰੂ ਤੇ ਬਹੁਤ ਜ਼ਿਆਦਾ ਭਰੋਸਾ ਹੈਗਾ, ਕਿਉਂਕਿ ਉਸ ਪਰਮਾਤਮਾ ਦੇ ਨਾਲ ਤੁਸੀਂ ਜੁੜ ਕੇ ਤੁਰੋ, ਹਨਾ, ਕੋਈ ਤੁਹਾਨੂੰ ਮਾਰ ਨਹੀਂ ਸਕਦਾ ਹੈਗਾ ਕਦੀ ਤੁਹਾਡੇ ਤੇ, ਜਿੱਦਾਂ ਇਹਨਾਂ ਨੇ ਆਪਣੀ ਲਾਈਨਾਂ 'ਚ ਕਿਹਾ ਵੀ ਆਂਚ ਨਹੀਂ ਆ ਸਕਦੀ ਹੈਗੀ। ਸੋ ਉਸ ਪਰਮਾਤਮਾ ਦਾ ਸਹਾਰਾ ਲੈ ਕੇ, ਵਾਹਿਗੁਰੂ ਦੇ ਲੜ ਲਾ ਕੇ, ਹਮੇਸ਼ਾ ਹੀ ਕਹਿੰਦੇ ਹੁੰਦੇ, ਜਿਹੜਾ ਵੀ ਕੰਮ ਤੁਸੀਂ ਕਰੋਗੇ ਉਹ ਜ਼ਰੂਰ ਉਸ ਦੇ ਵਿੱਚ ਤੁਹਾਨੂੰ ਸਕਸੈਸ ਮਿਲੂਗੀ। ਸਾਡੇ ਨਾਲ ਕਾਲਰ ਜੁੜ ਚੁੱਕੇ, ਪਹਿਲਾਂ ਕਾਲ ਲੈ ਲੈਂਦੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੋਹਨਜੀਤ। ਪ੍ਰੋਗਰਾਮ ਵੀ ਇਹਨਾਂ ਦਾ ਬਹੁਤ ਸੋਹਣਾ, ਜਿਹੜਾ ਗਾਇਕੀ ਦੇ ਵਿੱਚ ਇੰਨਾ ਬਹੁਤ ਸੋਹਣੇ ਸ਼ਬਦਾਂ ਦੇ ਰਾਹੀਂ ਇਹਨਾਂ ਨੇ ਜਿਹੜੇ ਗੀਤ ਬੋਲ ਸੁਣਾਏ ਆ, ਵਧਾਈ ਦੇਣਾ ਮੈਂ ਇਹਨਾਂ ਨੂੰ। ਥੈਂਕ ਯੂ ਜੀ। ਮਾਲਕ ਅੱਗੇ ਅਰਦਾਸ ਕਰਦਾ ਕਿ ਮਾਂ ਬੋਲੀ ਦੀ ਇਸੇ ਤਰ੍ਹਾਂ ਡਟ ਕੇ ਸੇਵਾ ਕਰਨ। ਬਿਲਕੁਲ ਬਿਲਕੁਲ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ। ਸੋ ਮੈਂ ਹੁਣ ਚਾਹਾਂਗੀ ਕਿ ਜਿਹੜੇ ਗੀਤ ਦੀ ਆਪਾਂ ਗੱਲਬਾਤ ਕਰ ਰਹੇ ਹਾਂ, ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈਆਂ ਦਿੰਦੀ ਹਾਂ, ਮੈਨੂੰ ਬਹੁਤ ਖੁਸ਼ੀ ਹੋਈ ਆ ਕਿਉਂਕਿ ਗੀਤ ਮੈਂ ਸੁਣੇ ਸੀ ਪੱਗਾਂ ਤੇ, ਹਨਾ, ਪੱਗ ਏਦਾਂ ਪੱਗ ਏਦਾਂ, ਇਹ ਚੁੰਨੀ ਦਾ ਗੀਤ ਮੈਨੂੰ ਲੱਗਦਾ ਕਿ ਪਹਿਲਾ ਗੀਤ ਹੋਊਗਾ, ਚਲੋ ਚੁੰਨੀ ਦੀ ਗੱਲ ਵੀ ਹੋਈ ਆ, ਹਨਾ। ਸੋ ਮੈਂ ਚਾਹਾਂਗੀ ਸਭ ਤੋਂ ਪਹਿਲਾਂ ਕਿ ਆਪਾਂ ਇਹਦਾ ਛੋਟਾ ਜਿਹਾ ਕਲਿੱਪ ਦੇਖ ਲਈਏ, ਫਿਰ ਉਸ ਤੋਂ ਬਾਅਦ ਓਰਿਜਿਨਲ ਆਵਾਜ਼ ਵੀ ਸੁਣਾਂਗੇ ਆਪਾਂ, ਕਿਉਂਕਿ ਓਰਿਜਿਨਲ ਬੰਦਾ ਇੱਥੇ ਬੈਠਾ ਹੈਗਾ। ਸੋ ਪਹਿਲਾਂ ਆਪਾਂ ਛੋਟਾ ਜਿਹਾ ਕਲਿੱਪ ਇਹਦਾ ਦੇਖਦੇ ਹੈਗੇ ਆ ਇਸ ਗੀਤ ਦਾ, ਫਿਰ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ ਤੇ ਆਪਾਂ ਇਸ ਨੂੰ ਲਾਈਵ ਵੀ ਗਾ ਕੇ ਤੁਹਾਨੂੰ ਸੁਣਾਵਾਂਗੇ। ਇਹ ਚੁੰਨੀ ਦੋ ਗਜ ਕੱਪੜਾ ਨਹੀਂ, ਤੇ ਸਿਰ ਤੇ ਲਈ ਹੋਈ ਸੋਹਣੀ ਲੱਗਦੀ, ਜਿਹੜੀ ਧੀ ਭੈਣ ਇਹ ਚੁੰਨੀ ਸੰਭਾਲ ਲਵੇ,
ते ओह खट लैंदी सोभा जगदी ते ओह खट लैंदी सोभा जगदी ए दो गज दो कपड़ा नहीं कपड़ा नहीं इज्जत बनावे दुनी गज दो कपड़ा नहीं इज्जत बनावे जद सत लई जांदी जद सत लई जांदी जद सत लई जांदी चार चन लावे बिल्कुल जी छोटा जा टेस्टर थानू इस गीत दा दे दिता हैगा बहुत ही प्यारा गीत ਤੁਸੀਂ ਦੇਖਿਆ ਹੋਣੇ ਆ ਰੰਗ ਬਿਰੰਗੀਆਂ ਚੁੰਨੀਆਂ ਲਈਆਂ ਮੁਟਿਆਰਾਂ ਨੇ ਪਰਾਂਦੇ ਪਾਏ ਹੋਏ ਆ ਸੂਟ ਬਹੁਤ ਹੀ ਸੋਹਣੇ ਪਾਏ ਹੋਏ ਨੇ ਬਸ ਇਹੀ ਤੇ ਸ਼ਾਨ ਹੈ ਕਹਿੰਦੇ ਕਿ ਇਸ ਤੋਂ ਹੀ ਆਪਣੇ ਵਿਰਸੇ ਦਾ ਪਤਾ ਲੱਗਦਾ ਹੈਗਾ ਸੋ ਆਪਾਂ ਇਸ ਗੀਤ ਨੂੰ ਤੁਸੀਂ ਪੂਰਾ ਵੀ ਦੇਖ ਸਕਦੇ ਹੋ ਸਾਡਾ ਜਸ਼ਨ ਬੇਟਾ ਇੱਥੇ ਬੈਠਾ ਇਹ ਤੁਹਾਨੂੰ ਦੱਸੂਗਾ ਕਿ ਕਿੱਥੇ ਜਾ ਕੇ ਤੁਸੀਂ ਕਿਸ ਤਰ੍ਹਾਂ ਇਸ ਗੀਤ ਨੂੰ ਡਾਊਨਲੋਡ ਕਰ ਸਕਦੇ ਹੋ ਕਿਸ ਤਰ੍ਹਾਂ ਇਸ ਨੂੰ ਪੂਰਾ ਦੇਖ ਸਕਦੇ ਹੈਗੇ ਪਹਿਲਾਂ ਆਪਾਂ ਇੱਕ ਕਾਲ ਲੈ ਲੈਂਦੇ ਹਾਂ ਫਿਰ ਆਪਾਂ ਗੱਲ ਕਰਾਂਗੇ ਇਸ ਗੀਤ ਦੀ ਕਿ ਕਿਸ ਤਰ੍ਹਾਂ ਇਹ ਕਿੱਥੇ ਕਿੱਥੇ ਇਹਨਾਂ ਨੇ ਕਿਸ ਤਰ੍ਹਾਂ ਬਣਾਇਆ ਤੇ ਕਦੋਂ ਇਹ ਰਿਲੀਜ਼ ਕੀਤਾ ਹੈਗਾ ਸੋ ਕਾਲਰ ਵੱਲ ਚੱਲਦੇ ਹੈਗੇ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਹਿਣਾ ਸੀ ਪਾਰਗਣ ਭਾਈ ਨੂੰ ਬਹੁਤ ਸੋਹਣਾ ਗਾਣਾ ਜਿਹੜਾ ਅਸੀਂ ਪਰਸੋਂ ਫਰੈਂਡ ਇਹਨਾਂ ਦੇ ਤਵੇ ਦੇਖੇ ਇਹਨਾਂ ਦੇ ਬਹੁਤ ਸੋਹਣੇ ਗਾਣੇ ਜਿੱਦਾਂ ਨੇ ਆਪਣੇ ਜੀ ਨੂੰ ਗਾਹ ਵਧਾਉਣ ਵੈਰੀ ਨਾਈਸ ਗਾਣਾ ਯਾਨੀ ਫੇ ਸੰਤੋ ਦਾ ਪਤਾ ਹੀ ਇਹਨਾਂ ਦੇ ਗਾਣੇ ਬਹੁਤ ਸੁਣਨ ਵਾਲੇ ਹੁੰਦੇ ਪਰ ਆਹ ਬਹੁਤ ਸੋਹਣਾ ਗਾਣਾ ਕੱਢਿਆ ਥੈਂਕ ਯੂ ਜੀ ਮੈਂ ਹਥਿਆਰਾ ਬੋਲਦਾ ਵਾਰਿਕ ਤੋਂ ਅਜੀਤ ਵਾਲਾ ਹਾਂਜੀ ਸਾਡੇ ਸਾਰੇ ਪ੍ਰੋਗਰਾਮ ਇਹੀ ਕਰਦੇ ਆ ਫੈਮਿਲੀ ਦੇ ਵਾਜੀ ਬਹੁਤ ਸੋਹਣਾ ਗਾਣਾ ਵੈਰੀ ਨਾਈਸ ਕਲਚਰਲੀ ਗੁੱਡ ਆਪਣੇ ਇਧਰ ਮਾਲ ਵਿਚ ਖੰਨੇ ਤੋਂ ਅੱਗੇ ਲੰਘ ਕੇ ਦੁਰਾਹਾ ਚੁੰਨੀ ਦੋ ਗਜ ਕਪੜਾ ਨਹੀਂ ਸਿਰ ਤੇ ਲਈ ਹੋਈ ਸੋਹਣੀ ਲੱਗਦੀ ਜਿਹੜੀ ਧੀ ਭੈਣ ਇਹ ਚੁੰਨੀ ਸੰਭਾਲ ਲਵੇ ਤੇ ਉਹ ਖੱਟ ਲੈਂਦੀ ਸੋਭਾ ਜਗਦੀ ਤੇ ਉਹ ਖੱਟ ਲੈਂਦੀ ਸੋਭਾ ਜਗਦੀ ਗੱਜ ਦੋ ਕੱਪੜਾ ਨੀ ਕੱਪੜਾ ਨੀ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਜਦ ਸਿਰ ਤੇ ਲਈ ਜਾਂਦੀ ਜਦ ਸਿਰ ਤੇ ਲਈ ਜਾਂਦੀ ਜਦ ਸਿਰ ਤੇ ਲਈ ਜਾਂਦੀ ਚਾਰ ਚੰਨ ਲਾਵੇ ਚਾਰ ਚੰਨ ਲਾਵੇ ਇਹ ਦੋ ਗੱਜ ਦੋ ਕੱਪੜਾ ਨੀ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਗੱਜ ਦੋ ਕੱਪੜਾ ਨੀ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਲੜਕੇ ਵਾਲਿਆਂ ਵੱਲ ਚੁੰਨੀ ਆਉਂਦੀ ਉਹ ਪਰਿਵਾਰਾਂ ਵਿੱਚ ਪਿਆਰ ਵਧਾਉਂਦੀ ਲੜਕੇ ਵਾਲਿਆਂ ਵੱਲ ਚੁੰਨੀ ਆਉਂਦੀ ਦੋ ਪਰਿਵਾਰਾਂ ਵਿੱਚ ਪਿਆਰ ਵਧਾਉਂਦੀ ਲੜਕੀ ਬੜੀ ਖੁਸ਼ੀ ਮਨਾਉਂਦੀ ਲੜਕੀ ਬੜੀ ਖੁਸ਼ੀ ਮਨਾਉਂਦੀ ਜਦੇ ਚੁੰਨੀ ਆਵੇ ਇਹ ਦੋ ਗੱਜ ਦੋ ਕੱਪੜਾ ਨੀ ਕੱਪੜਾ ਨੀ
ਇੱਜ਼ਤ ਬਣਾਵੇ ਇੱਜ਼ਤ ਬਣਾਵੇ ਚੁੰਨੀ ਗੱਜ ਦੋ ਕੱਪੜਾ ਨੀ ਕੱਪੜਾ ਨੀ ਇੱਜ਼ਤ ਬਣਾਵੇ ਇੱਜ਼ਤ ਬਣਾਵੇ बहुत खूब लिखन वाले दा ते बहुत ही खूब गाउन वाले दा बहुत प्यारी आवाज ते बस जिदा मैं कह के हौसले अफजाई दी हमेशा ही जरूरत हुंदी आ चंगे गीतां नू हमेशा ही सपोर्ट करया करो साडे नाल कॉलर जोड़ चुके ने पहला कॉल ले लैने हैलो सत श्री अकाल जी हैलो सत श्री अकाल जी कौन ते कित्थे बोल रहे अपनी टीवी दी आवाज प्लीज जरूर कट करियो ਹਾਂਜੀ ਨੀ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਤੁਸੀਂ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਹਾਂ ਕਿ ਮੈਂ ਕਾਉਂਟੀ ਦੇ ਮੇਰੇ ਜਿੰਨੇ ਵੀ ਗਾਣੇ ਬੋਲ ਰਹੇ ਨੇ ਮੈਂ ਕਾਉਂਟੀ ਤੋਂ ਬੋਲ ਰਿਹਾ ਹਾਂਜੀ ਤੇ ਮੈਂ ਟੈਲੀਵਿਜ਼ਨ ਲਾਇਆ ਤੇ ਮੈਨੂੰ ਆਨੰਦ ਆ ਗਿਆ ਮੈਂ ਸਾਰੇ ਭਾਈਆਂ ਨੂੰ ਜਾਣਦਾ ਤੁਹਾਡੇ ਪਿੰਡ ਦੇ ਆ ਨਾ ਯਾਰ ਬੜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜਾ ਦਿਲ ਖੁਸ਼ ਹੋਇਆ ਨਾਲੇ ਗਾਣਾ ਏਦਾਂ ਦਾ ਬੋਲਿਆ ਪੀ ਜੇ ਪਤਾ ਲੱਗਦਾ ਅੱਜ ਦੀ ਲੋਹੜੀ ਦੇ ਉੱਤੇ ਏਦਾਂ ਦਾ ਗਾਣਾ ਹੋਣਾ ਹੀ ਚਾਹੀਦਾ ਹੈ ਵਾਹ ਜੀ ਵਾਹ ਬਹੁਤ ਵਧੀਆ ਤੇ ਉਹ ਜਿਹੜੇ ਹਾਰਮੋਨੀਆ ਵਜਾ ਰਹੇ ਨੇ ਉਹ ਉਹਨਾਂ ਬਾਰੇ ਕੀ ਕਹਿਣਾ ਹੈ ਅੱਜ ਤੱਕ 30-35 ਸਾਲ ਜਿਹਨਾਂ ਨੇ ਕਦੀ ਵੀ ਕੋਈ ਸਟੇਜ ਨਹੀਂ ਛੱਡੀ ਸਾਥੀ ਜਿਹੜੇ ਬੈਠੇ ਨੇ ਨਾਲ ਸੰਧੂ ਸਾਹਿਬ ਹੋਣੀ ਮੇਰੇ ਵੀਰ ਹਾਂਜੀ ਤੇ ਉਹਨਾਂ ਦੇ ਕਿਆ ਗਾਣੇ ਨੇ ਉਹਨਾਂ ਦੇ ਕਈ ਗਾਣੇ ਹੁਣ ਗਾਬੀ ਕਾਰੇ ਆਏ ਨੇ ਬੜੇ ਬੜੇ ਦਿਲੀ ਦੋਸਤ ਨੇ ਮੇਰੇ ਸਾਰੇ ਹੀ ਮੈਨੂੰ ਬੜਾ ਮਾਣ ਹੋਇਆ ਹੈ ਆਪਣੇ ਵੀਰਾਂ ਨੂੰ ਦੇਖ ਕੇ ਦਰਸ਼ਕਾਂ ਤੇ ਔਰ ਸਰੋਤਿਆਂ ਤੇ ਤੇ ਏਦਾਂ ਚੜ੍ਹਦੀ ਕਲਾ ਹੋਵੇ ਸਾਰਿਆਂ ਵੀਰ ਭੈਣਾਂ ਦੀ ਤੇ ਏਦਾਂ ਦੇ ਦਿਨ ਖੁਸ਼ੀਆਂ ਭਰੇ ਹੁੰਦੇ ਰਹਿਣ ਤੇ ਬੱਲੇ ਬੱਲੇ ਹੁੰਦੀ ਰਹੇ ਪੰਜਾਬੀਆਂ ਦੀ ਐਸੀ ਦੁਨੀਆਂ ਦੇ ਵਿੱਚ ਐਸੀ ਪਾਣੀ ਦੇ ਵਿੱਚ ਸੋ ਇਸ ਕਰਕੇ ਹਮੇਸ਼ਾ ਹੀ ਪੋਜ਼ਿਟਿਵਨੈਸ ਹੋਣੀ ਚਾਹੀਦੀ ਹੈਗੀ ਆ ਹਰੇਕ ਦੇ ਕੰਮ ਨੂੰ ਕੋਸ਼ਿਸ਼ ਕਰੋ ਕਿ ਉਸਦੇ ਨਾਲ ਖੜੇ ਹੋਵੋ ਉਸਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕਹਿੰਦੇ ਉਹਦੇ ਬਹੁਤਾ ਨੀ ਤੁਸੀਂ ਕਰ ਸਕਦੇ ਹੈਗੇ ਇੱਕ ਥਾਪੜਾ ਹੀ ਦੇ ਦੋ ਉਹੀ ਬਹੁਤ ਹੁੰਦਾ ਹੈਗਾ ਤੇ ਜਦੋਂ ਕਹਿੰਦੇ ਹੁੰਦੇ ਕੋਈ ਦੁੱਖ ਹੋਵੇ ਜੇ ਕੋਈ ਦੁੱਖ ਵੰਡਾ ਲਵੇ ਹਨਾ ਤੇ ਕੋਈ ਕੁਛ ਬਹਿ ਕੇ ਸੋਣੇ ਲਵੇ ਹਨਾ ਤੇ ਹੋਰ ਕੁਛ ਬਹੁਤਾ ਨੀ ਹੁੰਦਾ ਅਗਲੇ ਨੂੰ ਇੰਨਾ ਹੋ ਜਾਂਦਾ ਕਿ ਹਾਂ ਮੇਰੀ ਗੱਲ ਸੁਣੀ ਆ ਜੇ ਤੁਸੀਂ ਕੰਮ ਕੀਤਾ ਕਿਸੇ ਨੇ ਸਰਾਹ ਦਿੱਤਾ ਤੇ ਤੁਹਾਡੇ ਮਨ ਚ ਜਿਹੜੀ ਮਿਹਨਤ ਕੀਤੀ ਹੁੰਦੀ ਆ ਉਹਦਾ ਫਲ ਤੁਹਾਨੂੰ ਹੁੰਦਾ ਕਿ ਚਲੋ ਮੈਂ ਕੀਤਾ ਹੈਗਾ ਤੇ ਇਹਨੂੰ ਸਰਾਹਿਆ ਗਿਆ ਹੈਗਾ ਸੋ ਉਹ ਤੁਹਾਡੀ ਹੌਸਲਾ ਬਜਾਈ ਹੋ ਜਾਂਦੀ ਉਹਦੇ ਨਾਲ ਫਿਰ ਕੋਈ ਵੀ ਗੀਤਕਾਰ ਆ ਉਹ ਹੋਰ ਵਧੀਆ ਲਿਖਦਾ ਜਿਸ ਤਰ੍ਹਾਂ ਹੁਣ ਅੱਜ ਸਿਫਤ ਹੋ ਰਹੀ ਹੈ ਚੁੰਨੀ ਦੇ ਗੀਤ ਦੀ ਤੇ ਦੱਸਦਾ ਹੁਣ ਜੀ ਕਰਦਾ ਮਤਲਬ ਮੈਂ ਵਧੀਆ ਵਧੀਆ ਹੋਰ ਵੀ ਗੀਤ ਜਿਹੜੇ ਲਿਖਾਂ ਔਰ ਬਾਹਰ ਬੈਠੇ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਵਾਂ ਸੋ ਇਸ ਕਰਕੇ ਸਾਰਾ ਜਿਹੜੇ ਗੈਸਟ ਆਏ ਹੁੰਦੇ ਹੈਗੇ ਆ ਜਦੋਂ ਉਹ ਤੁਹਾਡੀ ਗੱਲਬਾਤ ਸੁਣਦੇ ਹੈਗੇ ਆ ਜਿੱਦਾਂ ਹੁਣ ਤੱਕ ਸਾਡੇ ਕਾਲਰਸ ਆਏ ਨੇ ਗੱਲਾਂ ਬਾਤਾਂ ਕਰਕੇ ਗਏ ਨੇ ਸਾਡੇ ਜਿਹੜੇ ਇੱਥੇ ਗੈਸਟ ਆਏ ਨੇ ਉਹਨਾਂ ਨੂੰ ਹੌਸਲਾ ਅਫਜ਼ਾਈ ਹੋਈ ਆ ਉਹਨਾਂ ਨੂੰ ਪਤਾ ਲੱਗਿਆ ਹੈਗਾ ਕਿ ਉਹਨਾਂ ਦੇ ਨਾਲ ਕੌਣ ਖੜਾ ਆ ਕੌਣ ਉਹਨਾਂ ਦੀ ਗੀਤਾਂ ਨੂੰ ਸੁਣਦਾ ਕੌਣ ਉਹਨਾਂ ਦੀ ਆਵਾਜ਼ ਨੂੰ ਸੁਣਦਾ ਹੈਗਾ ਸੋ ਸਾਡਾ ਇੱਕ ਹੋਰ ਕਾਲਰ ਚੁੱਕੇ ਨੇ ਚੱਲਦੇ ਇਹਨਾਂ ਵੱਲ ਹੈਲੋ ਸਤਿ ਸ੍ਰੀ ਅਕਾਲ ਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਾਣਦਾ ਜੀ ਹਾਂਜੀ ਬਹੁਤ ਵਧੀਆ ਭਾਜੀ ਭਰਾਵਾਂ ਨੂੰ ਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਹਾਂ ਜੀ ਗਾਣਾ ਇੱਕ ਹੋਰ ਹੋਣ ਲੱਗਦੇ ਆ ਲੋ ਜੀ ਗਾ ਦਿੰਦੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਚਾਹਾਂਗੀ ਕਿ ਜਸ਼ਨ ਤੁਸੀਂ ਪਹਿਲਾਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਹ ਕਿੱਥੇ ਹੈਗਾ ਗੀਤ ਕਿੱਥੋਂ ਡਾਊਨਲੋਡ ਕਰ ਸਕਦੇ ਆ ਮੇਨ ਮੀਡੀਆ ਹੈ ਰਿਆ ਆਈਟਿਊਨਸ ਸਪੋਟੀਫਾਈ ਠੀਕ ਆ ਐਂਡ ਟੂਜਲ ਹੈ ਰਿਆ ਐਮਜ਼ਨ ਮਿਊਜ਼ਿਕ ਗੂਗਲ ਪਲੇ ਮਿਊਜ਼ਿਕ
ਉੱਥੇ ਜਾ ਕੇ ਡਾਊਨਲੋਡ ਇਸ ਗੀਤ ਨੂੰ ਕਰ ਸਕਦੇ ਹੈਗੇ ਆ ਸੋ ਵੱਧ ਤੋਂ ਵੱਧ ਇਸ ਗੀਤ ਨੂੰ ਸ਼ੇਅਰ ਵੀ ਕਰੋ ਜਦੋਂ ਤੁਸੀਂ ਸੁਣਦੇ ਕਿਉਂਕਿ ਕੋਈ ਚੀਜ਼ ਜੇ ਪਸੰਦ ਆਵੇ ਨਾ ਆਪਾਂ ਨੂੰ ਤੇ ਆਪਾਂ ਨੂੰ ਚਾਹੀਦਾ ਹੈਗਾ ਕਿ ਉਸ ਨੂੰ ਆਪਾਂ ਅੱਗੇ ਵੀ ਕਰੀਏ ਕਿਉਂਕਿ ਮਾੜੀਆਂ ਚੀਜ਼ਾਂ ਤਾਂ ਆਪਾਂ ਮਿੰਟ ਨਹੀਂ ਲਾਉਂਦੇ ਹੈਗੇ ਸ਼ੇਅਰ ਕਰਨ ਨੂੰ ਬਟ ਕੋਈ ਚੰਗੀ ਚੀਜ਼ ਹੁੰਦੀ ਹੈ ਨਾ ਜਿਹਦੇ ਵਿੱਚ ਕਿਸੇ ਦੀ ਸਰਾਹਨਾ ਹੁੰਦੀ ਹੋਵੇ ਉਹ ਆਪਾਂ ਹਮੇਸ਼ਾ ਹੀ ਆਪਾਂ ਜੱਕਦੇ ਹੈਗੇ ਆ ਕਿ ਨਹੀਂ ਨਹੀਂ ਇਹਦੇ 'ਚ ਇਹਦੀ ਵਡਿਆਈ ਨਾ ਹੋ ਜਾਵੇ ਕਿਤੇ ਹਨਾ ਬੁਰਾਈ ਲਈ ਤਾਂ ਕਹਿੰਦੇ ਹੁੰਦੇ ਸਾਰੇ ਖੜੇ ਹੁੰਦੇ ਵੀ ਚਲੋ ਇੱਕ ਨਹੀਂ ਦੋ ਨਹੀਂ ਚਾਰ ਇਕੱਠੇ ਕਾਫਲਾ ਬਣੂਗਾ ਹਨਾ ਮੈਂ ਕਹਿੰਦੀ ਕਾਫਲਾ ਅੱਛਾਈਆਂ ਦੇ ਵਿੱਚ ਬਣਾਇਆ ਕਰੋ ਚੰਗੀਆਂ ਗੱਲਾਂ ਦੇ ਵਿੱਚ ਆਪਣਾ ਕਾਫਲਾ ਬਣਾਇਆ ਕਰੋ ਸਮਾਂ ਆਪਣੇ ਸ਼ੋਅ ਦਾ ਬਹੁਤ ਹੀ ਕੰਮ ਹੀ ਰਹਿ ਗਿਆ ਹੁਣ ਬਹੁਤੀ ਤਿੰਨ ਕੁ ਮਿੰਟ ਰਹਿ ਗਏ ਹੈਗੇ ਆ ਜੇ ਹੋਰ ਤੁਸੀਂ ਹਾਂਜੀ ਦੋ ਬੋਲ ਹਾਂਜੀ ਮੇਰਾ ਵੀਰ ਪਰਗਣ ਭੰਡਾਲ ਰੋਮ ਨਹੀਂ ਝੱਲਿਆ ਜਾਂਦਾ ਵੀ ਸਿੰਘਾਂ ਸਰਦਾਰਾਂ ਦਾ ਸੁਣ ਤਨ ਮਾਵਾਂ ਪੰਜਾਬ ਦੀਆਂ ਉਹ ਤਨ ਮਾਵਾਂ ਜਿਨ੍ਹਾਂ ਤੋਰੇ ਨੇ ਪੁੱਤਰ ਅਸੀਸ ਦੇ ਕੇ ਚਾਲੂ ਕੀਤਾ ਸੀ ਅਣਖ ਦੇ ਪੁਰਜਿਆਂ ਨੂੰ ਲਹੂ ਮਿੱਜ ਦੀ ਖੂਨੀ ਗਰੀਸ ਦੇ ਕੇ ਦੁਨੀਆ ਤਾਰ ਦੀ ਦਾਖਲੇ ਦੌਲਤਾਂ ਨਾ ਇਹਨਾਂ ਤਾਰੇ ਸੀਸਰਾਂ ਦੀ ਸੀਸ ਦੇ ਕੇ ਜੰਡੂ ਲਿੱਤਰਾਂ ਵਾਲਿਆ ਕੌਣ ਭੁੱਲ ਜਾਊ ਜਿਨ੍ਹਾਂ ਲਈਆਂ ਸਰਦਾਰੀਆਂ ਸੀਸ ਦੇ ਕੇ ਕਿਵੇਂ ਉਹ ਚਿੱਟੇ ਧੂਏ ਚਾਦਰੇ ਕੁਛਿਆਂ ਤੇ ਤਿੱਲੇ ਪੈਰ ਪੱਟਣ ਜਦ ਗੱਭਰੂ ਤਾਂ ਧਰਤੀ ਹਿੱਲੇ ਉਹ ਚਿੱਟੇ ਧੂਏ ਚਾਦਰੇ ਕੁਛਿਆਂ ਤੇ ਤਿੱਲੇ ਪੈਰ ਪੱਟਣ ਜਦ ਗੱਭਰੂ ਤਾਂ ਧਰਤੀ ਹਿੱਲੇ ਅਸਰ ਲਾਊ ਵਿੱਚ ਬੋਲਦਾ ਚੰਬੀ ਦੀਆਂ ਵਾਰਾਂ ਦਾ ਰੋਗ ਨਕਲਿਆ ਜਾਂਦਾ ਵੀ ਸਿੰਘਾਂ ਸਰਦਾਰਾਂ ਦਾ ਰੋਗ ਨਕਲਿਆ ਜਾਂਦਾ ਵੀ ਸਿੰਘਾਂ ਸਰਦਾਰਾਂ ਦਾ ਰੋਗ ਨਕਲਿਆ ਜਾਂਦਾ ਵੀ ਸਿੰਘਾਂ ਸਰਦਾਰਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਵਾਕਈ ਆਨੰਦ ਆ ਗਿਆ ਦਿਲ ਤੇ ਕਰਦਾ ਹੈਗਾ ਇਸ ਸ਼ੋਅ ਨੂੰ ਬਸ ਐਸੀ ਤਰ੍ਹਾਂ ਚੱਲਦਾ ਰਹੀਏ ਤੇ ਮੇਰਾ ਤਾਂ ਦਿਲ ਕਰਦਾ ਸੀ ਕਿ ਤੁਸੀਂ ਗਾਉਂਦੇ ਹੀ ਰਹੋ ਤੁਸੀਂ ਹਟੋ ਹੀ ਸਾਡਾ ਫੁਰਜੀ ਕਰਦਾ ਹਾਂਜੀ ਮੈਂ ਕਈ ਵਾਰੀ ਸਟੇਜ ਤੋਂ ਅਨਾਉਂਸ ਕਰ ਦਿੰਦਾ ਹੁੰਦਾ ਵੀ ਇਹ 70-80 ਘੰਟੇ ਦਾ ਪ੍ਰੋਗਰਾਮ ਆ ਜਿਹੜਾ ਟੇਕ ਕੇ ਆਰਾਮ ਨਾਲ ਬੈਠੋ ਬਿਲਕੁਲ ਬਿਲਕੁਲ ਬਟ ਕਹਿੰਦੇ ਹੁੰਦੇ ਕਿ ਸਮੇਂ ਨੇ ਆਪਣੀ ਤੋਰ ਦੇ ਨਾਲ ਤੁਰਦੇ ਰਹਿਣਾ ਤੇ ਸਾਨੂੰ ਸਮੇਂ ਨਾਲ ਚੱਲਣਾ ਪੈਣਾ ਸਮੇਂ ਨੇ ਸਾਡੇ ਨਾਲ ਨਹੀਂ ਚੱਲਣਾ ਹੈਗਾ ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਬਸ ਥੋੜੀ ਜਿਹੀ ਹੀ ਟਾਈਮ ਦੇ ਵਿੱਚ ਮੈਨੂੰ ਦੱਸ ਦਿਓ ਕੋਈ ਆਉਣ ਵਾਲਾ ਪ੍ਰੋਜੈਕਟ ਜਿਹੜਾ ਤੁਹਾਡਾ ਕੋਈ ਹਾਂਜੀ ਆਉਣ ਵਾਲਾ ਸਾਡਾ ਦੱਸਦਾ ਹੀ ਲਿਖਿਆ ਹੋਇਆ ਇੱਕ ਗੀਤ ਵਿਆਹਜੜ ਜੋੜੀ ਦਾ ਜੀ ਉਹ ਵੀ ਗੀਤ ਜਿਹੜਾ ਵਾ ਰਿਕਾਰਡ ਹੋ ਚੁੱਕਾ ਪਰਗਣ ਭੰਡਾਲ ਦੀ ਆਵਾਜ਼ ਦੇ ਵਿੱਚ ਔਰ ਨਾਲ ਹੀ ਉਹਦੀ ਵੀਡੀਓ ਵੀ ਤਿਆਰ ਹੋ ਚੁੱਕੀ ਆ ਤੇ ਮਤਲਬ ਤਕਰੀਬਨ ਲੱਗਦਾ ਕਿ ਮਾਰਚ ਦੇ ਵਿੱਚ ਉਹ ਗੀਤ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਲਓ ਜੀ ਇੱਕ ਹੋਰ ਤੋਹਫਾ ਤੁਹਾਨੂੰ ਦੇ ਦਿੱਤਾ ਇੰਤਜ਼ਾਰ ਕਰੋ ਮਾਰਚ ਦਾ ਮਾਰਚ ਵਿੱਚ ਵੀ ਗੋਡੇ ਨਹੀਂ ਰਹੇ ਹੈਗੇ ਕਿਉਂਕਿ ਫਰਵਰੀ ਤਾਂ ਉਦਾਂ ਹੀ ਛੋਟਾ ਹੁੰਦਾ ਹਨਾ ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਸਮਾਂ ਹੁਣ ਜਾਣ ਦਾ ਹੋ ਗਿਆ ਸੋ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੀ ਹਾਂ ਦਰਸ਼ਕਾਂ ਦਾ ਵੀ ਅਗਲੇ ਹਫ਼ਤੇ ਨਵੇਂ ਗੈਸਟ ਦੇ ਨਾਲ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰੀ ਸੰਭਾਲਣੀ ਪੈਣੇ ਕਹਿੰਦਾ ਜਿੰਦਰ ਭੰਡਾਲਣੀ ਪੈਣੇ ਸੰਗ ਤੇ ਸ਼ਰਮ ਜਾ ਤੇਰੇ ਗਹਿਣੇ ਪਰਗਣ ਪਿਆ ਫਰਮਾਵੇ ਇਹ ਦੋ ਗਜ ਦੋ ਕੱਪੜਾ ਨਹੀਂ ਕੱਪੜਾ ਨਹੀਂ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਉੱਨੀ ਗਜ ਦੋ ਕੱਪੜਾ ਨਹੀਂ ਕੱਪੜਾ ਨਹੀਂ ਇੱਜ਼ਤ ਬਣਾਵੇ ਪਿਆਰੇ ਦਰਸ਼ਕੋ ਜੇਕਰ ਤੁਸੀਂ ਸਾਡੀ ਇਸ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਸਾਨੂੰ ਥੰਬਸ ਅਪ ਦਾ ਰਿਸਪੌਂਸ ਦਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਲਓ ਦੋਸਤੋ ਜੇ ਤੁਸੀਂ ਰੱਜ ਕੇ ਦੇਸੀ ਡੀਜੇ ਨੂੰ ਬੁੱਕ ਕਰਨਾ ਚਾਹੁੰਦੇ ਹੋ ਤਾਂ ਪਰਗਮ ਭੰਡਾਲ ਦੇ ਨਾਲ ਸੰਪਰਕ ਪੈਦਾ ਕਰੋ ਇਸ ਨੰਬਰ ਤੇ 07835 6408857 ਥੈਂਕ ਯੂ ਵੈਰੀ ਮਚ